ਜੀ ਆਇਆ ਲੋਕ ਸਭ ਪ੍ਰੋਗਰਾਮ ਦੇ ਵਿੱਚ ਤੇ ਇਸ ਵਕਤ ਮੇਰੇ ਨਾਲ ਸਾਡੇ ਗੁਆਂਢੀ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਜਿਹਨੂੰ ਕਿਹਾ ਜਾਂਦਾ ਵੈਨਕੂਵਰ ਤੋਂ ਅਸੀਂ ਅਕਸਰ ਕਹਿ ਦਿੰਦੇ ਹਾਂ ਬਾਈ ਜੀ ਰਾਜਾ ਪੰਡਾਲ ਸ਼ਾਮਲ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਬਾਈ ਤੁਹਾਡਾ ਪ੍ਰੋਗਰਾਮ ਲੋਕ ਸਭ ਵਿੱਚ ਜੀ ਆਇਆਂ ਨੇ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਸੁਣਨ ਵਾਲਿਆਂ ਨੂੰ ਸਾਰੇ ਅਲਬਰਟਾ ਵਾਲਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਅੱਛਾ ਬਾਈ ਜੀ ਮੈਂ ਤੁਹਾਡੀਆਂ ਵੈਬਸਾਈਟ ਚੈੱਕ ਕਰ ਰਿਹਾ ਸੀਗਾ ਵਣਜਾਰਾ ਡਾਟ ਕਾਮ ਤੇ ਹੋਰ ਦੋ ਤਿੰਨ ਜਿੰਨੀਆਂ ਵੀ ਹੈਗੀਆਂ ਥੋੜਾ ਟਾਈਮ ਸੀ ਮੇਰੇ ਕੋਲ ਜ਼ਿਆਦਾ ਡਿਟੇਲ ਮੈਂ ਨਹੀਂ ਦੇਖ ਸਕਿਆ ਪਰ ਫਿਰ ਵੀ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਵੈਨਕੂਵਰ ਦੇ ਵਿੱਚ ਹੀ ਰਹਿੰਦੇ ਹੋ ਕਿੰਨੀ ਕੁ ਦੇਰ ਤੋਂ ਤੇ ਕੀ ਤੁਹਾਡਾ ਪ੍ਰੋਫੈਸ਼ਨ ਹੈ ਮੈਂ ਜੀ ਇੱਥੇ 90 ਦੇ ਵਿੱਚ ਆਇਆ ਜੀ ਇੱਥੇ ਅੱਛਾ ਜੀ ਤੇ ਪ੍ਰੋਫੈਸ਼ਨ ਥੋੜੀ ਘਰ ਬਣਾ ਲਈ ਦੀ ਨੇ ਥੋੜੀ ਡਿਵੈਲਪਮੈਂਟ ਕਰ ਲਈ ਦੀ ਆ ਠੀਕ ਹੈ ਸੋ ਉਹਦੇ ਨਾਲ ਤੋਰੀ ਫੁਲਕਾ ਤੁਰ ਰਿਹਾ ਜੀ ਠੀਕ ਹੈ ਤੇ ਅੱਛਾ ਮੈਂ ਦੇਖ ਰਿਹਾ ਸੀ ਜਦੋਂ ਕਿ ਇੱਥੇ ਤਾਂ ਜਦੋਂ ਬੰਦਾ ਆਉਂਦਾ ਹੈ ਕੰਮਾਂ ਕਾਰਾਂ ਤੋਂ ਬੰਦੇ ਨੂੰ ਸੁਰਤ ਨਹੀਂ ਮਿਲਦੀ ਵੇਲ ਨਹੀਂ ਮਿਲਦਾ ਪਰ ਤੁਸੀਂ ਤੁਹਾਡੇ ਸ਼ੌਕ ਜਿਹੜੇ ਬੜੇ ਹੈਗੇ ਆ ਇਹ ਹਿਸਟਰੀ ਨਾਲ ਸੰਬੰਧਿਤ ਐਂਟੀਕ ਚੀਜ਼ਾਂ ਇਕੱਠੀਆਂ ਕਰਨੀਆਂ ਔਰ ਉਹ ਐਂਟੀਕ ਚੀਜ਼ਾਂ ਜਿਹੜੀਆਂ ਰੇਅਰ ਨੇ ਚਾਹੇ ਉਹ ਖਾਲਸਾ ਰਾਜ ਨਾਲ ਸੰਬੰਧਿਤ ਹੋਣ ਚਾਹੇ ਉਹ ਸਿੱਖ ਕੌਮ ਸਾਡੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਹੋਣ ਤੇ ਇਹ ਸ਼ੌਕ ਕਦੋਂ ਤੇ ਕਿਵੇਂ ਪੈਦਾ ਹੋਇਆ ਇਹਦੇ ਬਾਰੇ ਮੈਂ ਏਦਾਂ ਸੋਚਦਾ ਹੁੰਦਾ ਵੀ ਆਪਾਂ ਨੀ ਆਈਡੀਆ ਫੜਦੇ ਆਈਡੀਆ ਆਪਾਂ ਨੂੰ ਫੜ ਲੈਂਦਾ ਜਿੰਨਾ ਮਰਜ਼ੀ ਆਪਾਂ ਮਸਰੂਫ ਹੋਈਏ ਆਪਣੀ ਡੇ ਟੂ ਡੇ ਲਾਈਫ ਨਾਲ ਪਰ ਜੇ ਕੋਈ ਚੀਜ਼ ਹੋਣੀ ਆ ਨਾ ਉਹ ਆਪ ਮੁਹਾਰੇ ਹੋਣ ਲੱਗ ਪੈਂਦੀ ਆ ਤੇ ਮੈਂ ਅਕਸਰ ਜ਼ਿਕਰ ਕਰਿਆ ਕਰਦਾ ਵੀ ਸਾਡੇ ਦਾਦੀ ਜੀ ਹੋਣੀ ਜਦੋਂ ਪੰਜਾਬ ਤੋਂ ਤੁਰੇ ਅਖੀਲੀ ਵਾਰੀ ਜਦੋਂ ਇੱਧਰ ਨੂੰ ਆਏ ਨਾ ਤੇ ਉਹਨਾਂ ਨੇ ਪੱਕੇ ਤੌਰ ਤੇ ਆਉਣਾ ਸੀਗਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਪੁੱਤਰ ਤੈਨੂੰ ਕੀ ਚਾਹੀਦਾ ਤੇ ਮੈਂ ਕਿਹਾ ਜੀ ਸਾਡੇ ਪੜਦਾਦਾ ਜੀ ਸਰਦਾਰ ਰਤਨ ਸਿੰਘ ਉਹ ਅਸੀਂ ਗਣੇਸ਼ ਤੋਂ ਹਾਂ ਜੀ ਲੁਧਿਆਣੇ ਤੋਂ ਅੱਛਾ ਜੀ ਤੇ ਉਹਨਾਂ ਦੀ ਇੱਕ ਸਿਮਰਨੀ ਹੁੰਦੀ ਸੀਗੀ ਤੇ ਮੈਂ ਕਿਹਾ ਜੀ ਉਹ ਸਰਬ ਲੋ ਦੀ ਸਿਮਰਨੀ ਮੈਨੂੰ ਲਿਆ ਦਿਓ ਬਸ ਸੋ ਉੱਥੋਂ ਫਿਰ ਇਹਨੂੰ ਸਫ਼ਰ ਕਹਿ ਲਓ ਸ਼ੁਰੂ ਹੋ ਗਿਆ ਫਿਰ ਆਪ ਮੁਹਾਰੇ ਆਪ ਹੀ ਉੱਦਾਂ ਦੇ ਰਾਹ ਬਣਦੇ ਰਹੇ ਤੇ ਚੀਜ਼ਾਂ ਇਕੱਠੀਆਂ ਹੁੰਦੀਆਂ ਰਹੀਆਂ ਵਾਹਿਗੁਰੂ ਜੀ ਮੇਰੇ ਨਾਲ ਇਸ ਤੋਂ ਪਹਿਲਾਂ ਕਿ ਆਪਾਂ ਚੀਜ਼ਾਂ ਵੱਲ ਨੂੰ ਜਾਈਏ ਕਿੱਥੋਂ ਕਿੱਥੋਂ ਤੁਸੀਂ ਕਿਵੇਂ ਕਿਵੇਂ ਕਲੈਕਸ਼ਨ ਕੀਤੀ ਕਿੰਨੀਆਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਸਟੋਰੇਜ ਲਈ ਵੀ ਜਗ੍ਹਾ ਬਹੁਤ ਚਾਹੀਦੀ ਹੁੰਦੀ ਹੈ ਜਦੋਂ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈ ਤੇ ਤੁਸੀਂ ਹੋਰ ਵੀ ਜਿਹੜੇ ਇੱਥੇ ਵੱਖਰੇ ਵੱਖਰੇ ਮੁੱਦੇ ਨੇ ਜਾਂ ਵੱਖਰੇ ਵੱਖਰੀਆਂ ਵੱਖਰੇ ਵੱਖਰੇ ਕੰਮ ਨੇ ਜਿਹਦੇ ਤੇ ਕੰਮ ਤਾਂ ਕੋਲੈਕਟਿਵਲੀ ਸਿੱਖ ਕੌਮ ਨੂੰ ਕਰਨਾ ਚਾਹੀਦਾ ਹੈ ਸਾਡੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਪਰ ਕਮੇਟੀਆਂ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਬਿਜ਼ੀ ਰਹਿੰਦੀਆਂ ਨੇ ਪਰ ਇੱਕ ਅਜਿਹਾ ਕੰਮ ਜਿਹੜਾ ਤੁਸੀਂ ਤੇ ਹੋਰ ਤੁਹਾਡੇ ਸਾਥੀਆਂ ਦੇ ਨਾਲ ਮੈਨੂੰ ਉਮੀਦ ਦੇ ਨਾਲ ਲੱਗੇ ਹੋਵੋਗੇ ਕਿ ਇੱਕ ਆਇਡੈਂਟੀਟੀ ਇਸ਼ੂ ਬਣਿਆ ਹੋਇਆ ਖਾਸ ਕਰਕੇ ਬੱਚੇ ਜਦੋਂ ਹਾਈ ਸਕੂਲ ਤੋਂ ਬਾਅਦ ਯੂਨੀਵਰਸਿਟੀਆਂ 'ਚ ਚਲੇ ਜਾਂਦੇ ਨੇ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਨੇ ਤੇ ਆਪਣੇ ਸਿੱਖ ਬੱਚੇ ਬਹੁਤ ਸਾਰੇ ਵੱਖਰੇ ਵੱਖਰੇ ਯੂਨੀਵਰਸਿਟੀਆਂ 'ਚ ਐਕਟਿਵ ਵੀ ਹੈਗੇ ਆ ਪਰ ਜਦੋਂ ਉਹਨਾਂ ਦੀ ਰੈਕੋਗਨੀਸ਼ਨ ਦੀ ਗੱਲ ਹੁੰਦੀ ਹੈ ਆਇਡੈਂਟੀਟੀ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਸਾਊਥ ਏਸ਼ੀਅਨ ਵਜੋਂ ਆਇਡੈਂਟੀਫਾਈ ਕੀਤਾ ਜਾਂਦਾ ਤੁਸੀਂ ਇਸ ਮੁੱਦੇ ਤੇ ਵੀ ਗੱਲਬਾਤ ਕਰ ਰਹੇ ਹੋ ਬਹੁਤ ਕੰਮ ਕਰ ਰਹੇ ਹੋ ਜੀ ਉਹਦੇ ਲਈ ਆਪਾਂ ਵੈਬਸਾਈਟ ਵੀ ਬਣਾਈ ਹੋਈ ਹੈ ਜੀ ਉਹਦਾ ਹੈਗਾ www.iamnotsouthasian.com ਸੋ ਇਹਦੇ ਬਾਰੇ ਦੱਸਣ ਤੋਂ ਪਹਿਲਾਂ ਜਿਹੜੇ ਆਪਣੇ ਗੁਰੂ ਘਰ ਨੇ ਨਾ ਉਹ ਕਾਫੀ ਵੈਸੇ ਵਧੀਆ ਕੰਮ ਕਰ ਰਹੇ ਨੇ ਈਵਨ ਸਟੂਡੈਂਟਸ ਲਈ ਮੈਂ ਦੇਖ ਰਿਹਾ ਕਈ ਗੁਰੂ ਘਰਾਂ ਚ ਟਿਫਨ ਜਾਂ ਲੰਗਰ ਦੀ ਸਰਵਿਸ ਲਾਈ ਹੋਈ ਆ ਜੀ ਜੀ ਹਨਾ ਸੋ ਉਹ ਆਪਣੇ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਵਰਕਲੋਡ ਬਹੁਤ ਜ਼ਿਆਦਾ ਹੁੰਦਾ ਜੀ 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 ਹਾਂਜੀ ਹਾਂਜੀ ਸਾਰੇ ਬੰਦੇ ਵਾਲੰਟੀਅਰ ਹੁੰਦੇ ਆ ਉਹਨਾਂ ਦੇ ਆਪਣੀਆਂ ਫੈਮਿਲੀਆਂ ਨੇ ਕੰਮਕਾਰ ਨੇ ਇੰਨਾ ਕੁ ਜ਼ਿਆਦਾ ਵਰਕਲੋਡ ਹੈ ਜੀ ਹੁਣ ਇੱਥੇ ਵੀ ਸਾਡੇ ਗੁਰੂ ਘਰ ਮੈਂ ਦੇਖਦਾ ਕਿ ਮੇਨ ਗੁਰੂ ਘਰ ਵੱਡਾ ਰਮੇਸ਼ ਕਲਚਰ ਸੈਂਟਰ ਕੋਵਿਡ ਦੇ ਦੌਰਾਨ ਕਿਵੇਂ ਘਰ ਘਰ ਟਿਫਨ ਲੰਗਰ ਲੋਕਾਂ ਨੂੰ ਜਿਹਨੂੰ ਲੋੜ ਸੀ ਦੇਖਿਆ ਨੀ ਗਿਆ ਵੀ ਕੌਣ ਕਹਿ ਰਿਹਾ ਇਹ ਨੀ ਕਿ ਕੋਈ ਸਿੱਖਾਂ ਦੇ ਘਰਾਂ ਚੋਂ ਚਾਹੇ ਕੋਈ ਗੋਰਾ ਹੈ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਸਿੱਖ ਹੈ ਚਾਹੇ ਮੁਸਲਮਾਨ ਹੈ ਹਰ ਵਰਗ ਨੂੰ ਜਿਹੜਾ ਹੈਗਾ ਘਰੇ ਘਰ ਘਰ ਡਿਲੀਵਰ ਕੀਤੇ ਗਏ ਜੀ ਇਹ ਚ ਕੋਈ ਸ਼ੱਕ ਨੀ ਉਹ ਬੰਦੇ ਵਾਲੰਟੀਅਰ ਪਰ ਅਸੀਂ ਉਹਨਾਂ ਤੋਂ ਆਸ ਬਾਹਲੀ ਰੱਖ ਲੈਂਦੇ ਹਾਂ ਇਸ ਕਰਕੇ ਕਈ ਵਾਰੀ ਉਹ ਬੇਚਾਰੇ ਉਹ ਵੀ ਬਰਨ ਆਊਟ ਹੋ ਜਾਂਦੇ ਆ ਹਾਂਜੀ ਹਾਂਜੀ ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਹੁੰਦਾ ਜੀ ਵੀ ਜਿਹੜੇ ਗੁਰੂ ਘਰ ਨੇ ਨਾ ਇੱਕ ਦਰਗਾਹੀ ਸਕੈਜੂਲ ਆ ਜਿਹਦੇ ਥੱਲੇ ਚੱਲ ਰਹੇ ਨੇ
ਆਪਾਂ ਘਰ ਵਿਚ ਜੇ 20 ਬੰਦੇ ਇਕੱਠੇ ਕਰਨੇ ਹੋਣ ਨਾ ਤੇ ਆਪਾਂ ਕਈ ਪਲੈਨਿੰਗਾਂ ਕਰਦੇ ਆ ਫੂਡ ਕਿੱਥੋਂ ਆਉਣਾ ਤੇ ਕੀ ਕਿੱਥੋਂ ਹੋਣਾ ਤੇ ਮੈਂ ਗੁਰੂ ਘਰਾਂ ਚ ਦੇਖਦਾ ਬਈ ਪਤਾ ਨੀ ਲੰਗਰ ਕਿੱਥੋਂ ਆ ਰਿਹਾ ਕੌਣ ਬਣਾ ਰਿਹਾ ਕੌਣ ਖਾ ਰਿਹਾ ਕਿਸੇ ਵੀ ਗੁਰੂ ਘਰ ਚਲ ਜਾਓ ਸੋ ਇਹ ਬਹੁਤ ਮਿਹਰ ਹੈ ਜੀ ਤੇ ਦੂਸਰੀ ਗੱਲ ਜਿਹੜੀ ਆਪਾਂ ਆਈਡੈਂਟੀਟੀ ਦੀ ਕਰ ਰਹੇ ਸੀਗੇ ਮੈਂ ਕਾਫੀ ਦੇਰ ਤੋਂ ਅਸੀਂ ਦੇਖ ਰਹੇ ਸੀਗੇ ਕਿ ਯੂਨੀਵਰਸਿਟੀ ਚ ਅਕੈਡਮੀਆ ਚ ਈਵਨ ਤੁਹਾਡੇ ਬ੍ਰੌਡਕਾਸਟਿੰਗ ਜਿਹੜੇ ਵੀ ਰੇਡੀਓ ਜਾਂ ਟੀਵੀ ਸਟੇਸ਼ਨ ਅਦਾਰੇ ਨੇ ਉਹਨਾਂ ਚ ਜਾਂ ਕਿਸੇ ਨੇ ਆਪਣਾ ਸਮਾਨ ਵੇਚਣਾ ਹੋਵੇ ਉੱਥੇ ਨਾ ਇਹ ਟਰਮ ਬਹੁਤ ਇਨਫੋਰਸ ਹੋ ਰਹੀ ਆ ਔਰ ਇਹਦੇ ਬਾਰੇ ਜਦੋਂ ਅਸੀਂ ਦੇਖਿਆ ਕਿ ਇੱਕ ਇਕੋਨੋਮਿਸਟ ਸੀਗੇ ਪੀ ਕੋਹਿਨ ਅਮੈਰੀਕਾ ਤੋਂ ਉਹਨਾਂ ਨੇ ਪੋਪੂਲਰਾਈਜ਼ ਕੀਤੀ ਟਰਮ 1960s ਦੇ ਵਿੱਚ ਤੇ ਜਦੋਂ ਤੱਕ ਤਾਂ ਤੁਸੀਂ ਕਿਸੇ ਖਿੱਤੇ ਨੂੰ ਸਮਝਣ ਲਈ ਪੜ੍ਹਨ ਲਈ ਉਹ ਇੱਕ ਸਟੱਡੀਜ਼ ਬਣਾ ਦਿੰਦੇ ਹੋ ਇੱਕ ਅਦਾਰਾ ਯੂਨੀਵਰਸਿਟੀ ਦੇ ਵਿੱਚ ਬਣਾ ਦਿੰਦੇ ਹੋ ਉਹ ਤਾਂ ਸਭ ਕੁਝ ਠੀਕ ਹੈ ਪਰ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਸਾਡੇ ਬੱਚੇ ਕਹਿਣ ਲੱਗ ਪੈਂਦੇ ਵੀ ਆਮ ਸਾਊਥ ਏਸ਼ੀਅਨ ਕੈਨੇਡੀਅਨ ਸੋ ਉੱਥੋਂ ਫਿਰ ਸਾਨੂੰ ਜਿਹੜੀ ਹੈ ਨਾ ਤੁਸੀਂ ਇਹਨੂੰ ਫੈਸਟ ਫਾਰਵਰਡ ਕਰਕੇ ਦੇਖੋ ਵੀ 25-30 ਸਾਲ ਬਾਅਦ ਫਿਰ ਜਿਹੜੀ ਸਿੱਖ ਕੈਨੇਡੀਅਨ ਆ ਮੁਸਲਿਮ ਕੈਨੇਡੀਅਨ ਜਿਹੜਾ ਸਾਡਾ ਹਿੰਦੂ ਭਾਈਚਾਰਾ ਹਿੰਦੂ ਕੈਨੇਡੀਅਨ ਇਹ ਟਰਮਾਂ ਕਿੱਥੇ ਜਾਣਗੀਆਂ ਫਿਰ ਕਈ ਇਹਦਾ ਇੱਦਾਂ ਦਿੰਦੇ ਨੇ ਕਿ ਇਹ ਨਾ ਇਨਕਲੂਸਿਵ ਟਰਮ ਹੈ ਇਹਦੇ ਨਾਲ ਬਹੁਤ ਕੁਛ ਇਕੱਠਾ ਹੁੰਦਾ ਤੁਸੀਂ ਆਪਣੇ ਆਪ ਨੂੰ ਸ਼੍ਰਿੰਕ ਨਾ ਕਰੋ ਪਰ ਸਾਡਾ ਜਿਹੜਾ ਆਰਗੂਮੈਂਟ ਤੇ ਲੌਜਿਕ ਇਹ ਆ ਵੀ ਜੇ ਤੁਸੀਂ ਸਾਨੂੰ ਇਕੱਠਾ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਕੈਨੇਡਾ ਨੂੰ ਵੀ ਨੌਰਥ ਅਮੈਰੀਕਾ ਕਹਿਣਾ ਸ਼ੁਰੂ ਕਰ ਲਵੋ ਜਾਂ ਜਿਹੜੇ ਯੂਰਪੀਅਨ ਆਪਣੇ ਆ ਰਹੇ ਨੇ ਇਧਰ ਜਰਮਨ ਇੰਗਲਿਸ਼ ਆ ਰਹੇ ਨੇ ਇਟਾਲੀਅਨ ਉਹਨਾਂ ਨੂੰ ਵੀ ਫਿਰ ਵੈਸਟਰਨ ਯੂਰਪੀਅਨ ਕਹਿਣਾ ਸ਼ੁਰੂ ਕਰ ਦੋ ਤੇ ਏਡੀ ਜਿਹੜੀ ਬੜੀ ਸਾਡੀ ਰਿਸਪੈਕਟਡ ਜਿਊ ਕਮਿਊਨਿਟੀ ਆ ਉਹਨਾਂ ਨੂੰ ਫਿਰ ਤੁਸੀਂ ਮਿਡਲ ਈਸਟਰਨ ਕਹੋਗੇ ਤੁਸੀਂ ਇੱਕ ਵਾਰੀ ਉਹਨਾਂ ਨੂੰ ਮਿਡਲ ਈਸਟਰਨ ਕਰਕੇ ਦੇਖੋ ਉਹਨਾਂ ਤਾਂ ਉੱਪਰ ਦੀ ਥੱਲੇ ਕਰ ਦੂਗੇ ਉਹ ਹਨਾ ਸੋ ਸਾਡੀ ਸਿਰਫ ਬੇਨਤੀ ਇਹ ਆ ਕਿ ਜੇ ਤੁਸੀਂ ਲੈਸੇ ਐਪਲ ਸਟੋਰ ਚ ਕੰਮ ਕਰਦੇ ਹੋ ਤੁਸੀਂ ਐਪਲ ਕੈਨੇਡੀਅਨ ਨੀ ਹੋ ਜਾਣਾ ਫਿਰ ਏਦਾਂ ਹੀ ਜੇ ਤੁਸੀਂ ਕਿਸੇ ਖਿੱਤੇ ਬਾਰੇ ਪੜ੍ਹਨਾ ਚਾਹੁੰਦੇ ਹੋ ਤੁਸੀਂ ਜੀ ਸੱਦ ਕੇ ਪੜ੍ਹੋ ਪਰ ਆਪਣੇ ਆਪ ਨੂੰ ਜਿਹੜੀ ਪਰਸਨਲ ਆਈਡੈਂਟੀ ਹੈ ਨਾ ਉਹ ਉਸ ਖਿੱਤੇ ਦੇ ਹਿਸਾਬ ਨਾਲ ਫਿਰ ਸਟੱਡੀਜ਼ ਦੇ ਹਿਸਾਬ ਨਾਲ ਆਈਡੈਂਟੀਫਾਈ ਨਾ ਕਰੋ ਆਪਣੇ ਆਪ ਨੂੰ ਸੋ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਜਦੋਂ ਸਾਡੇ ਬਜ਼ੁਰਗ ਆਏ ਨੇ ਦੋ ਲਫ਼ਜ਼ ਨੇ ਜੀ ਇੱਕ ਹਿੰਦੂ ਹੈ ਇੱਕ ਪਾਕੀ ਹੈ ਔਰ ਦੋਨੋਂ ਬੜੇ ਰਿਸਪੈਕਟਡ ਤੇ ਬੜੇ ਪਵਿੱਤਰ ਜਿਹੇ ਸ਼ਬਦ ਨੇ ਪਰ ਜਦੋਂ ਸਾਡੇ ਬਜ਼ੁਰਗ ਆਏ ਜਿਹੜਾ ਮੁਸਲਮਾਨ ਸੀ ਜਿਹੜਾ ਸਿੱਖ ਸੀ ਉਹਨੂੰ ਵੀ ਹਿੰਦੂ ਕਹਿ ਕੇ ਬੁਲਾਇਆ ਜਾਂਦਾ ਸੀਗਾ ਇੱਦਾਂ ਹੀ ਥੋੜੇ ਚਿਰ ਬਾਅਦ ਸਾਡੇ ਹੱਲੇ ਬਜ਼ੁਰਗ ਜਿਉਂਦੇ ਨੇ ਜਿਹਨਾਂ ਨੇ ਨਾ ਪਾਕੀ ਟਰਮ ਸੁਣੀ ਹੋਈ ਆ ਹਾਲਾਂਕਿ ਪਾਕੀ ਟਰਮ ਬੜੀ ਪਾਕ ਹੈਗੀ ਆ ਜਿੱਦਾਂ ਬੜੀ ਖਾਲਸ ਹੈ ਇਹ ਪਰ ਅੱਜ ਦੀ ਡੇਟ ਚ ਜਦੋਂ ਅਸੀਂ ਉਹਨਾਂ ਦੋਨਾਂ ਟਰਮਾਂ ਦੀ ਗੱਲ ਕਰਦੇ ਆ ਨਾ ਅਸੀਂ ਕਹਿੰਦੇ ਸਾਡੇ ਨਾਲ ਇਹਨਾਂ ਦੋ ਟਰਮਾਂ ਕਰਕੇ ਰੇਸਿਜ਼ਮ ਹੋਇਆ ਆ ਜੀ ਬਿਲਕੁਲ ਹਨਾ ਉਹਦੀ ਕਨੋਟੇਸ਼ਨ ਦੇਖੋ ਕੀ ਆ ਏਦਾਂ ਹੀ ਜਦੋਂ ਹੁਣ ਮੈਂ ਦੇਖਦਾ ਹੁੰਦਾ ਕਿ ਆਪਣੀ ਜਿਹੜੀ ਅਗਲੀ ਪੀੜ੍ਹੀ ਆਉਣੀ ਆ ਜੇ ਆਪਾਂ ਵੇਲਾ ਨਾ ਸਾਂਭਿਆ ਤੇ ਇਹ ਵੀ ਅਸੀਂ ਤਾਂ ਹੁਣ ਮੰਨ ਰਹੇ ਹਾਂ ਵੀ ਇਟ ਇਜ਼ ਰੇਸਿਸਟ ਟਰਮ ਪਰ ਉਸ ਟਾਈਮ ਇਹਦਾ ਕੀ ਬਣੂਗਾ ਫਿਰ ਬਿਲਕੁਲ ਤੁਸੀਂ ਟਰਮ ਦੀ ਗੱਲ ਕੀਤੀ ਹੈ ਨਾ ਮੈਂ ਅੰਟੈਰੀਓ ਨੌ ਦਸ ਸਾਲ ਲਾਏ ਆ ਜੀ 1970s ਦੇ ਵਿਚ ਤੇ ਅਰਲੀ 80s ਦੇ ਵਿਚ ਉੱਥੇ ਪੀਪ ਗੁਰਦੁਆਰਾ ਸਾਹਿਬ ਹੁੰਦੇ ਸੀਗੇ ਜਿਹੜੇ ਕਿ ਈਸਟ ਆਫ ਡਾਊਨ ਟਾਊਨ ਅੰਟੈਰੀਓ ਉੱਥੇ ਅਕਸਰ ਕਿਉਂਕਿ ਉਦੋਂ ਕਮਿਊਨਿਟੀ ਘੱਟ ਸੀਗੀ ਉੱਥੇ ਗੋਰੇ ਅਕਸਰ ਸਾਨੂੰ ਪਾਕੀ ਕਹਿ ਕੇ ਛੇੜਦੇ ਸਾਡੀ ਕਮਿਊਨਿਟੀ ਨੂੰ ਹੁੰਦੇ ਸੀ ਉੱਥੇ ਕਈ ਵਾਰ ਲੜਾਈਆਂ ਹੋਈਆਂ ਸੀਗੀਆਂ ਜਿਹਦੇ ਕਰਕੇ ਇਹ ਉਹ ਰੇਸਿਜ਼ਮ ਟਰਮ ਵਰਤੀ ਜਾਂਦੀ ਸੀ ਜੀ 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 ਮੈਂ ਇਹੀ ਜ਼ਿਕਰ ਕਰ ਰਿਹਾ ਸੀ ਪਰ ਇੱਕ ਬਹੁਤ ਰਿਸਪੈਕਟਫੁਲੀ ਜੀ ਮੈਂ ਕਰੈਕਸ਼ਨ ਕਰਨੀ ਚਾਹੁੰਦਾ ਵੀ ਜਿਹੜੇ ਗੋਰੇ ਨੇ ਨਾ ਜਿਹੜੇ ਸਿਰਫ ਸ਼ਰਾਰਤੀ ਗੋਰੇ ਸੀਗੇ ਸ਼ਰਾਰਤੀ ਗੋਰੇ ਬਿਲਕੁਲ ਹਾਂਜੀ ਹਾਂਜੀ ਸੋ ਜਿਹੜੀ ਇਹ ਟਰਮ ਹੈ ਨਾ ਇੱਕ ਤਾਂ ਆਪਣੀ ਆਈਡੈਂਟੀਟੀ ਰੇਸ ਕਰਦੀ ਪਈ ਆ ਇੱਕ ਰਲਗੜ ਕਰਦੀ ਪਈ ਉਹਨੂੰ ਹੋਮੋਜਨਾਈਜ਼ ਕਰਦੀ ਪਈ ਆ ਤੇ ਇੱਕ ਸਟੀਰੀਓਟਾਈਪ ਆ ਇਹ ਇੱਕ ਬਲੈਂਕਟ ਸਟੇਟਮੈਂਟ ਆ ਤੇ ਇਹ ਡਾਇਵਰਸਿਟੀ ਨੂੰ ਓਵਰਲੁੱਕ ਕਰਦੀ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਤੇ ਜਦੋਂ ਆਪਾਂ ਚਾਰਟਰ ਆਫ ਰਾਈਟ ਦੀ ਗੱਲ ਕਰਦੇ ਆ ਆਪਾਂ ਨੂੰ ਖੋਲਿਆ ਹਰੇਕ ਚੀਜ਼ ਦੀ ਐਸ ਲੌਂਗ ਐਸ ਆਪਾਂ ਕੋਈ ਹੇਟਫੁਲ ਕੰਮ ਨੀ ਕਰ ਰਹੇ ਕਿਸੇ ਨੂੰ ਤੰਗ ਨੀ ਕਰ ਰਹੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਪਾਂ ਨੂੰ ਆਜ਼ਾਦੀ ਆਪਣੀ ਗੱਲ ਕਰਨ ਦੀ ਪਰ ਜਿਹੜੀ ਇਹ ਟਰਮ ਹੈ ਨਾ ਇਹ ਹੌਲੀ ਹੌਲੀ
ਇਹਨੇ ਜਿੱਦਾਂ ਮੈਨੂੰ ਏਦਾਂ ਲੱਗਦਾ ਵੀ ਜਿਹੜੀ ਉਸ ਅੱਠ ਮੁਲਕਾਂ ਚ ਲੋਕ ਆਏ ਹੋਏ ਨੇ ਉਹਨਾਂ ਦੀ ਪਛਾਣ ਨੂੰ ਖਤਮ ਕਰ ਦੇਣਾ ਸੋ ਉਹਦੇ ਕਰਕੇ ਅਸੀਂ ਬੜੇ ਸਪਸ਼ਟ ਜਿਹੇ ਸ਼ਬਦਾਂ ਚ ਇਹਦੀ ਵਿਰੋਧਤਾ ਕਰ ਰਹੇ ਹਾਂ ਹਾਲਾਂਕਿ ਵੈਸੇ ਬਾਈ ਜੀ ਗੱਲ ਚ ਗੱਲ ਨਿਕਲ ਆਉਂਦੀ ਹੈ ਰੀਸੈਂਟਲੀ ਜਿਹੜੀ ਸਿਚੁਏਸ਼ਨ ਸਾਡੇ ਨੇਟਿਵ ਕੈਨੇਡੀਅਨਸ ਨਾਲ ਹੋਈ ਹੈ ਐਬਰੀਜਨਸ ਨਾਲ ਹੋਈ ਹੈ ਉਹਨਾਂ ਦੀ ਆਇਡੈਂਟੀ ਉਹਨਾਂ ਦੀ ਕਲਚਰ ਉਹਨਾਂ ਦੀ ਲੈਂਗੁਏਜ ਨੂੰ ਖਤਮ ਕਰਨ ਦੀ ਕਿੰਨੀ ਉਸ ਵਕਤ ਕੋਸ਼ਿਸ਼ ਕੀਤੀ ਗਈ ਉਦੋਂ ਬਾਅਦ ਫਿਰ ਟਰੂਥ ਐਂਡ ਰਿਕਨਸਲੇਸ਼ਨ ਰਿਪੋਰਟ ਆਈ ਹੁਣ ਉਹ ਬਾਅਦ ਮੁਆਫੀਆਂ ਮੰਗੀਆਂ ਗਈਆਂ ਉਹਦੇ ਤੇ ਉਹਨਾਂ ਨੂੰ ਮੁਆਵਜ਼ੇ ਦਿੱਤੇ ਜਾ ਰਹੇ ਨੇ ਤੇ ਉਹ ਉਹਨਾਂ ਚੀਜ਼ਾਂ ਤੋਂ ਸਿੱਖ ਕੇ ਨਹੀਂ ਅਸੀਂ ਕੁਛ ਅੱਗੇ ਤੁਰ ਰਹੇ ਕੈਨੇਡੀਅਨਸ ਜਿਹੜੇ ਹੈਗੇ ਆ ਲੋਕ ਕੁਛ ਜਿਹੜੀ ਏਦਾਂ ਦੀ ਟਰਮਸ ਬਣਾ ਰਹੇ ਨੇ ਬਲਕਿ ਦੁਆਰਾ ਫਿਰ ਉਹ ਬੈਕ ਉੱਥੇ ਜਾਣ ਦੀ ਵੱਲ ਜਾ ਰਹੇ ਆ ਜੀ ਜੀ ਆਪਾਂ ਇੱਕ ਗੱਲ ਸੁਣੀ ਹੋਣੀ ਆ ਵੀ ਹਿਸਟਰੀ ਰਿਪੀਟਸ ਇਟਸੈਲਫ ਕਈ ਕਹਿ ਦਿੰਦੇ ਆ ਨੋ ਇਟ ਡਜ਼ਨਟ ਰਿਪੀਟ ਇਟ ਰਾਈਮਸ ਚਲੋ ਦੋਨੋਂ ਹੀ ਪੱਖ ਮੰਨ ਲੈਂਦੇ ਆਪਾਂ ਬਈ ਇਟ ਰਿਪੀਟਸ ਐਂਡ ਰਾਈਮਸ ਸੋ ਉਹ ਜਿਹੜੀ ਆਪਣੀ ਰਿਸਪੈਕਟਡ ਫਸਟ ਨੇਸ਼ਨ ਕਮਿਊਨਿਟੀਜ਼ ਨੇ ਇੱਥੇ ਜੀ ਤੁਸੀਂ ਦੇਖੋ ਵੀ ਉਹਨਾਂ ਨਾਲ ਕਿੰਨਾ ਕੁਛ ਹੋਇਆ ਪਰ ਇੱਕ ਖੂਬਸੂਰਤੀ ਇਹ ਆ ਕਿ ਸਰਕਾਰ ਹੁਣ ਕਾਫੀ ਕੋਸ਼ਿਸ਼ ਕਰ ਰਹੀ ਆ ਕਿ ਮਾਫੀਆਂ ਵੀ ਮੰਗ ਰਹੀ ਆ ਤੇ ਉਹਨਾਂ ਨੂੰ ਰੋਜ਼ਾਨਾ ਵੀ ਦੇ ਰਹੀ ਆ ਉਹਨਾਂ ਵੱਲ ਕਾਫੀ ਤਵੱਜੋ ਦੇ ਰਹੀ ਆ ਉਹ ਪਰ ਜਿਹੜਾ ਨੁਕਸਾਨ ਇੰਨੇ ਸਾਲਾਂ ਤੋਂ ਇੰਨੇ ਦਹਾਕਿਆਂ ਤੋਂ ਹੋਇਆ ਹੋਇਆ ਉਹਦੇ ਲਈ ਹੁਣ ਇੱਕ ਪੀੜੀ ਚ ਤਾਂ ਨਹੀਂ ਠੀਕ ਹੋਏਗਾ ਉਹ ਉਹਦੇ ਲਈ ਜਿੰਨੀਆਂ ਪੀੜੀਆਂ ਉਹਨਾਂ ਨੇ ਜਿੱਦਾਂ ਖਤਮ ਹੋਈਆਂ ਨੇ ਉਨੀਆਂ ਘੱਟੋ ਘੱਟ ਇੱਕ ਦੋ ਪੀੜੀਆਂ ਤਾਂ ਲੱਗਣਗੀਆਂ ਨਾ ਪਰ ਤੁਸੀਂ ਦੇਖੋ ਕਿ ਸਾਡੇ ਇੱਥੇ ਇੱਕ ਮਿਊਜ਼ੀਅਮ ਬਣਨ ਜਾ ਰਿਹਾ ਸੀਗਾ ਉਹਦਾ ਨਾਮ ਰੱਖਣ ਲੱਗੇ ਸੀਗੇ ਸਾਊਥ ਏਸ਼ੀਅਨ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੇ ਆਪ ਵਿੱਚ ਇੱਕ ਪਹਿਲਾ ਮਿਊਜ਼ੀਅਮ ਹੋਣਾ ਸੀਗਾ ਜਿੱਥੇ ਇਹ ਜਿਹੜੇ ਸਾਊਥ ਏਸ਼ੀਅਨ ਜਿਹੜੇ ਅੱਠ ਮੁਲਕ ਨੇ ਆਪਣੇ ਉਸ ਖਿੱਤੇ ਦੇ ਉਹਨਾਂ ਦੇ ਨਾਮ ਤੇ ਬਣਾਉਣਾ ਸੀਗਾ ਸੋ ਸਾਨੂੰ ਐਸ ਐਫ ਯੂ ਜਿਹੜਾ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਆ ਉਧਰੋਂ ਸਾਨੂੰ ਇਨਵੀਟੇਸ਼ਨ ਆਇਆ ਆਨਰੇਬਲ ਮਿਨਿਸਟਰ ਲੈਣਾ ਪੋਪ ਮੋਹਨਾ ਵੱਲੋਂ ਤੇ ਕਿਉਂਕਿ ਉਹਨਾਂ ਨੇ ਸੱਦਿਆ ਸੋ ਸਾਡਾ ਜਾਣਾ ਬਣਦਾ ਸੀਗਾ ਸੋ ਅਸੀਂ ਉੱਥੇ ਜਾ ਕੇ ਫਿਰ ਇਤਰਾਜ਼ ਕੀਤਾ ਕਿ ਤੁਸੀਂ ਜਿਹੜਾ ਚਾਈਨੀਜ਼ ਮਿਊਜ਼ੀਅਮ ਬਣਿਆ ਉਹਦਾ ਨਾਮ ਤੁਸੀਂ ਈਸਟ ਏਸ਼ੀਅਨ ਮਿਊਜ਼ੀਅਮ ਨਹੀਂ ਰੱਖਿਆ ਜਿਹਦੇ ਉੱਪਰ ਮਿਲੀਅਨ ਡਾਲਰ ਤੁਸੀਂ ਖਰਚ ਕੀਤਾ ਹੁਣ ਜਦੋਂ ਤੁਸੀਂ ਇੱਕ ਉਸ ਖਿੱਤੇ ਲਈ ਪਹਿਲਾਂ ਤਾਂ ਸਾਰੇ ਮੁਲਕਾਂ ਨੂੰ ਇਕੱਠੇ ਕਰਕੇ ਬਣਾ ਰਹੇ ਹੋ ਫਿਰ ਉਹਦਾ ਨਾਮ ਧੱਕੇ ਨਾਲ ਸਾਊਥ ਏਸ਼ੀਅਨ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਜਿਹੜੇ ਉੱਥੇ ਪ੍ਰੋਫੈਸਰ ਸਾਹਿਬ ਸੀਗੇ ਜਿਹੜੇ ਉਹ ਇਵੈਂਟ ਨੂੰ ਆਰਗਨਾਈਜ਼ ਕੀਤਾ ਹੋਇਆ ਸੀ ਜਿਹਨਾਂ ਨੇ ਐਮ ਸੀ ਕਰ ਰਹੇ ਸੀਗੇ ਉਹ ਕਹਿੰਦੇ ਜੀ ਅਸੀਂ ਸਿਰਫ ਸਵਾਲ ਲੈਣੇ ਨੇ ਪਰ ਜਵਾਬ ਨੀ ਦੇਣਾ ਕੋਈ ਅਸੀਂ ਸੋਚਿਆ ਸ਼ਾਇਦ ਅੱਜ ਸਵਾਲ ਲੈ ਕੇ ਤੇ ਫਿਰ ਇੱਕ ਸਾਂਝਾ ਜਿਹਾ ਕੋਈ ਓਪਨ ਲੈਟਰ ਲਿਖ ਦੂਗੇ ਵੀ ਸਾਨੂੰ ਆਹ ਸਵਾਲ ਆਏ ਤੇ ਆਹ ਜਵਾਬ ਹੋਏ ਫਿਰ ਅਸੀਂ ਹਫ਼ਤਾ ਕੁ ਉਡੀਕ ਕੇ ਅਸੀਂ ਆਪਸ ਚ ਸਲਾਹ ਕਰਕੇ ਤਕਰੀਬਨ ਅਸੀਂ 3500 ਈਮੇਲ ਲਿਖੀ ਜੀ ਉਹ ਮਿਨਿਸਟਰਸ ਨੂੰ ਲਿਖੀ ਅਕੈਡੈਮਿਕਸ ਜਿੰਨਾ ਅਕੈਡਮੀਆ ਉਹਨਾਂ ਨੂੰ ਲਿਖੀ ਸਕੂਲ ਦੇ ਪ੍ਰਿੰਸੀਪਲ ਨੂੰ ਸਿਟੀ ਕੌਂਸਲਰਾਂ ਨੂੰ ਔਰ ਓਪਨ ਲੈਟਰ ਆ ਉਹ ਤੁਸੀਂ ਉਹ ਵੈਬਸਾਈਟ ਤੇ ਜਾ ਕੇ ਪਰਸਪੈਕਟਿਵ ਦੇ ਥੱਲੇ ਪੜ੍ਹ ਸਕਦੇ ਹੋ ਸਾਡਾ ਪਰ ਹਾਲ ਦੀ ਘੜੀ ਇਹ ਪਤਾ ਲੱਗਾ ਵੀ ਉਹਨਾਂ ਨੇ ਸਾਊਥ ਏਸ਼ੀਅਨ ਟਰਮ ਤਾਂ ਨਹੀਂ ਰੱਖਣੀ ਪਰ ਕਿਹੜੀ ਰੱਖਣੀ ਆ ਇਹਦੇ ਬਾਰੇ ਜਿੱਦਾਂ ਆਪਾਂ ਕਹਿ ਲਓ ਰੈਫਰੈਂਡਮ ਸ਼ਾਇਦ ਉਹ ਕਰਾਉਣਗੇ ਸੋ ਸਾਨੂੰ ਇੱਥੋਂ ਦੇ ਜਿਹੜੇ ਦੋ ਐਫ ਐਮ ਰੇਡੀਓ ਸਟੇਸ਼ਨ ਨੇ ਇੱਕ ਰੇਡੀਓ ਕਨੈਕਟ ਆ ਤੇ ਰੈਡ ਐਫ ਐਮ ਆ ਦੋਨਾਂ ਤੇ ਉਹਨਾਂ ਵੱਲੋਂ ਸੱਦਾ ਆ ਅਸੀਂ ਦੋ ਦੋ ਦਿਨ ਦੋਨਾਂ ਰੇਡੀਓ ਸਟੇਸ਼ਨ ਤੇ ਗਏ ਆ ਤੇ ਉੱਥੇ ਮੈਂ ਇੱਦਾਂ ਕਹਿ ਸਕਦਾ ਇੱਕ ਅਨਅਫੀਸ਼ੀਅਲ ਜਿਹਾ ਰੈਫਰੈਂਡਮ ਹੋਇਆ ਜਿਹਦੇ ਵਿੱਚ ਤਕਰੀਬਨ 400 ਲੋਕਾਂ ਨੇ ਕਾਲਾਂ ਕੀਤੀਆਂ ਤੇ ਆਪਣੇ ਵਟਸਐਪ ਰਾਹੀਂ ਮੈਸੇਜ ਭੇਜੇ ਵੀ ਅਸੀਂ ਸਾਊਥ ਏਸ਼ੀਅਨ ਨੀ ਚਾਹੁੰਦੇ ਮਿਊਜ਼ੀਅਮ ਦਾ ਨਾਮ ਸੋ ਹਰੇਕ ਨੇ ਆਪਣੇ ਆਪਣੀ ਸਮਝ ਤੇ ਸੂਝ ਦੇ ਮੁਤਾਬਕ ਨਾਮ ਭੇਜੇ ਮਹਾਰਾਜਾ ਰਣਜੀਤ ਸਿੰਘ ਸਾਂਝਾ ਮਿਊਜ਼ੀਅਮ ਰਾਇਲ ਮਿਊਜ਼ੀਅਮ ਤੇ ਸਾਡੇ ਵੱਲੋਂ ਬੇਨਤੀ ਇਹ ਸੀਗੀ ਕਿ ਜਦੋਂ ਜੇ ਸਰਕਾਰ ਨੇ ਤੱਕਿਆ ਹੀ ਹੋਇਆ ਵੀ ਜਿਹੜੇ ਉਹ ਥਰਡ ਵਰਲਡ ਕੰਟਰੀ ਚੋਂ ਭੂਰੇ ਰੰਗ ਦੇ ਲੋਕ ਇੱਥੇ ਆਏ ਹੋਏ ਨੇ ਔਰ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਨੂੜ ਕੇ ਰੱਖਣਾ ਚਾਹੁੰਦੇ ਹੋ ਔਰ ਇਸ ਰਿਸੈਸ਼ਨ ਦੇ ਵਿੱਚ ਤੁਸੀਂ ਇਹ ਗਿਫਟ ਦੇਣਾ ਚਾਹੁੰਦੇ ਹੋ ਘੱਟੋ ਘੱਟ ਉਹਨਾਂ ਨੂੰ ਪੁੱਛ ਤਾਂ ਲਵੋ ਵੀ ਨਾਮ ਕੀ ਰੱਖੀਏ ਔਰ ਇਹ ਜਿਹੜਾ ਐਂਗਲਿਕਨ ਨੇਮ ਆ ਸਾਊਥ ਏਸ਼ੀਅਨ ਕਿਉਂਕਿ ਅਸੀਂ ਤਾਂ ਰੱਖਿਆ ਨੀ ਹੋਇਆ ਆਪਣਾ ਨਾਮ ਸਾਡੇ ਕਿਸੇ ਬਜ਼ੁਰਗ ਨੂੰ ਜਾ ਕੇ ਤੁਸੀਂ ਪੁੱਛ ਲਿਓ ਵੀ ਵਟ ਇਜ਼ ਸਾਊਥ ਏਸ਼ੀਅਨ ਉਹ ਤੁਹਾਨੂੰ ਆਪੇ ਦੱਸ ਦੇਗਾ ਕਿ ਉਹਦੀ ਕੀ ਆਈਡੈਂਟੀਟੀ ਆ ਪਰ ਜੇ ਤੁਸੀਂ ਯੂਨੀਵਰਸਿਟੀ ਜਾ ਕੇ ਪੁੱਛੋਗੇ ਉੱਥੇ ਇਹ ਜਿੱਦਾਂ ਨਾ ਵਾਇਰਸ ਬਹੁਤ ਫੈਲੀ ਹੋਈ ਹੈ ਇਸ ਟਾਈਮ ਸੋ ਸਾਡੀ ਜਿਹੜੇ ਇਸ ਟਾਈਮ ਸੁਣਨ ਵਾਲੇ ਨੇ ਸਾਰੇ ਭੈਣ ਭਰਾ ਬਜ਼ੁਰਗ ਨੇ ਜਿਹੜੇ
ਬੱਚੇ ਨੇ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਘਰ ਗੱਲ ਕਰੋ ਜੀ ਤੇ ਤੁਸੀਂ ਇਹਦੇ ਬਾਰੇ ਆਵਾਜ਼ ਉਠਾਓ ਕਿ ਜਦੋਂ ਜਿਹੜੀਆਂ ਦੂਜੇ ਕਬੀਲੇ ਨੇ ਦੂਜੀਆਂ ਕਮਿਊਨਿਟੀਜ਼ ਨੇ ਜੇ ਤੁਸੀਂ ਉਹਨਾਂ ਦੀ ਆਈਡੈਂਟੀਟੀ ਨਹੀਂ ਅਰੇਜ਼ ਕਰ ਰਹੇ ਫਿਰ ਤੁਸੀਂ ਸਾਡੇ ਮਗਰ ਕਾਹਤੇ ਪਏ ਹੋਏ ਹੋ ਔਰ ਜਿਹੜੀ ਦੁੱਖ ਵਾਲੀ ਗੱਲ ਇਹ ਆ ਕਿ ਕਈ ਬੜੇ ਦੁੱਖ ਵਾਲੀ ਗੱਲ ਆ ਕਈ ਆਪਣੇ ਬੰਦੇ ਇਹਨੂੰ ਡਿਫੈਂਡ ਕਰ ਰਹੇ ਨੇ ਸਾਊਥ ਏਸ਼ੀਅਨ ਧਰਮ ਨੂੰ ਸੋ ਉਹ ਸਾਡੀ ਸਮਝ ਤੋਂ ਬਾਹਰ ਹੈ ਉਹ ਉਹਨਾਂ ਦੇ ਸ਼ਾਇਦ ਕੋਈ ਵਕਤੀ ਜਿਹੜੇ ਮਫਾਦ ਹੋ ਸਕਦੇ ਨੇ ਪਰ ਜਿੱਦਾਂ ਅਸੀਂ ਇਸ ਲਫ਼ਜ਼ ਦੀ ਟ੍ਰੈਜੈਕਟਰੀ ਦੇਖਦੇ ਹਾਂ ਸਾਨੂੰ ਲੱਗਦਾ ਵੀ ਇਹਨਾਂ ਬਹੁਤ ਨੁਕਸਾਨ ਹੋਏਗਾ ਔਰ ਜਦੋਂ ਇਹ ਗੱਲ ਅਸੀਂ ਕਰਦੇ ਹਾਂ ਸਾਡਾ ਇਹਦੇ ਵਿੱਚ ਕੋਈ ਪਰਸਨਲ ਕੋਈ ਮਫਾਦ ਨਹੀਂ ਹੈਗਾ ਕੋਈ ਐ ਨਹੀਂ ਹੈਗਾ ਵੀ ਇਹ ਧਰਮ ਨੂੰ ਅਸੀਂ ਤਾਂ ਕੈਂਸਲ ਕਰਾਉਣਾ ਚਾਹੁੰਦੇ ਹਾਂ ਵੀ ਅਸੀਂ ਸਾਡੇ ਚੋਂ ਕਿਸੇ ਨੇ ਕੌਂਸਲਰ ਦੀ ਸੀਟ ਤੇ ਖੜਨਾ ਜਾਂ ਐਮ ਐਲ ਏ ਜਾਂ ਸਪੀਕਰ ਜਾਣਾ ਆ ਕੋਈ ਇਹ ਸਪਰਿੰਗ ਬੋਰਡ ਨਹੀਂ ਹੈਗਾ ਸਾਡੇ ਲਈ ਸਾਨੂੰ ਤਾਂ ਇਹ ਹੈ ਵੀ ਇੱਕ ਜਿਹੜੇ ਖਿੱਤੇ ਚੋਂ ਆਏ ਹੋਏ ਆ ਅਸੀਂ ਖਾਸ ਕਰ ਜਿਹੜੇ ਸਿੱਖ ਆ ਜਾਂ ਮਾਇਨੋਰਟੀਜ਼ ਨੇ ਉੱਥੇ ਵੀ ਇਹੀ ਕੁਛ ਹੋ ਰਿਹਾ ਆਈਡੈਂਟੀਟੀ ਅਰੇਜ਼ਰ ਦਾ ਸੋ ਹੁਣ ਇੱਥੇ ਆ ਕੇ ਵੀ ਹੋ ਗਿਆ ਹੁਣ ਇੱਥੋਂ ਤਾਂ ਬਾਈ ਜੀ ਅੱਗੇ ਪਾਣੀ ਹੋਈ ਆ ਹਨਾ ਇੱਥੋਂ ਅੱਗੇ ਤਾਂ ਫਿਰ ਕਿਤੇ ਜਾ ਨਹੀਂ ਹੋਣਾ ਹੁਣ ਸੋ ਉਹਦੇ ਕਰਕੇ ਅਸੀਂ ਬੇਨਤੀ ਕਰ ਸਕਦੇ ਹਾਂ ਪਰ ਇੱਕ ਗੱਲ ਨਾਲ ਅਸੀਂ ਇਹ ਵੀ ਕਹਿੰਦੇ ਹਾਂ ਵੀ ਜੇ ਕਿਸੇ ਨੇ ਤੱਕਿਆ ਹੀ ਹੋਇਆ ਨਾ ਵੀ ਮੈਂ ਆਪਣੇ ਆਪ ਨੂੰ ਸਾਊਥ ਏਸ਼ੀਅਨ ਕਹਾਣਾ ਅਸੀਂ ਉਹਨੂੰ ਵੀ ਕਹਾਂਗੇ ਭਾਈ ਤੂੰ ਜੀ ਸਕ ਕੇ ਕਹਾ ਲਾ ਪਰ ਜਿਹੜਾ ਸਾਡਾ ਸੁਨੇਹਾ ਇਹੀ ਆ ਕਿ ਇਹਦੇ ਮਾੜ ਜਾਂਦਾ ਨੁਕਸਾਨ ਦੇਖ ਲਿਓ ਕੀ ਹੋਣੇ ਨੇ ਗੁਰੂ ਘਰਾਂ ਦੇ ਨਾਮ 25 ਸਾਲ ਜਾਂ 50 ਸਾਲ ਬਾਅਦ ਕੀ ਹੋਣਗੇ ਸਾਊਥ ਏਸ਼ੀਅਨ ਗੁਰੂ ਘਰ ਹੋਏਗਾ ਇੱਦਾਂ ਜਿਹੜੇ ਆਪਣੇ ਨਗਰ ਕੀਰਤਨ ਹੁੰਦੇ ਆ ਉਹ ਸਾਊਥ ਏਸ਼ੀਅਨ ਨਗਰ ਕੀਰਤਨ ਹੋ ਗਏ ਹੁਣ ਜਿਹੜੇ ਨਾ ਜਿੱਥੇ ਜਿੱਥੇ ਮੈਂ ਇਹਨੂੰ ਔਰ ਕੋਈ ਵੀ ਮੈਂ ਰਿਸਪੈਕਟਫੁਲੀ ਜੀ ਕਹਿਣ ਲੱਗਾ ਹੁਣ ਜਿੱਥੇ ਜਿੱਥੇ ਚਾਟ ਪਾਪੜੀ ਦਾ ਪ੍ਰੋਗਰਾਮ ਹੈ ਪਕੌੜਿਆਂ ਦਾ ਗੋਲ ਗੱਪਿਆਂ ਦਾ ਜਾਂ ਗਾਣੇ ਬਜਾਣੇ ਦਾ ਆ ਉਹ ਉੱਥੇ ਸਾਊਥ ਏਸ਼ੀਅਨ ਟਰਮਾਂ ਯੂਜ਼ ਹੋ ਰਹੀਆਂ ਨੇ ਜਿੱਥੋਂ ਜਾਹੋ ਜਲਾਲ ਦੀਆਂ ਗੱਲਾਂ ਨੇ ਜਿੱਥੋਂ ਸਾਡੇ ਨਗਰ ਕੀਰਤਨ ਨਿਕਲਦੇ ਨੇ ਉੱਥੇ ਉੱਥੇ ਸਾਊਥ ਏਸ਼ੀਅਨ ਟਰਮ ਨਹੀਂ ਯੂਜ਼ ਹੋ ਰਹੀ ਸੋ ਇਹ ਸਾਡੇ ਵੱਲੋਂ ਬੇਨਤੀ ਹੈ ਬਸ ਇਹ ਬਿਲਕੁਲ ਜੀ ਜਾਗਦੇ ਰਹਿਣਾ ਪੈਣਾ ਅਦਰਵਾਈਜ਼ ਤਾਂ ਜੇ ਵੇਸਲੇ ਹੋ ਗਏ ਤਾਂ ਫਿਰ ਗੱਲ ਉਹੀ ਹੈ ਕਿ ਅਸੀਂ ਵੀ ਉਹ ਨੇਟਿਵ ਕੈਨੇਡੀਅਨ ਵਾਂਗੂ ਹੌਲੀ 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 ਮਿਕਸ ਹੋ ਕੇ ਤੇ ਫਿਰ ਸਾਊਥ ਏਸ਼ੀਅਨ ਬਣ ਜਾਣਾ ਤੇ ਪਰ ਧੰਨਵਾਦ ਹੈ ਤੁਸੀਂ ਐਫਰਟਸ ਕਰ ਰਹੇ ਹੋ ਅੱਛਾ ਹੁਣ ਇਹ ਤਾਂ ਗੱਲ ਹੋ ਗਈ ਸੀ ਆਪਣੀ ਇਸ ਟਰਮ ਦੀ ਤੇ ਉਦੋਂ ਬਾਅਦ ਹੁਣ ਜਿਹੜਾ ਤੁਹਾਡਾ ਇੱਕ ਪੈਸ਼ਨ ਹੈ ਸ਼ੌਕ ਹੈ ਕਹਿ ਲਓ ਕਿ ਤੁਸੀਂ ਇਹ ਸਾਰਾ ਕੁਛ ਜੋ ਕਲੈਕਸ਼ਨ ਕਰ ਰਹੇ ਹੋ ਉਹ ਵੀ ਇੱਕ ਮਿਊਜ਼ੀਅਮ ਦੇ ਵਿੱਚ ਕਿਤੇ ਇਨ ਦਾ ਲੌਂਗ ਰਨ ਫਿਊਚਰ ਦੇ ਵਿੱਚ ਬਣਾ ਕੇ ਰੱਖਣਾ ਚਾਹੁੰਦੇ ਤਾਂ ਕਿ ਲੋਕ ਸਾਡੀ ਜਨਰੇਸ਼ਨ ਦੇਖ ਸਕੇ ਆਉਣ ਵਾਲੀ ਕਿ ਸਿੱਖ ਰਾਜ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸੀਗੀਆਂ ਉਸ ਵਕਤ ਕਿਵੇਂ ਕਿਵੇਂ ਅਸੀਂ ਉਹਨਾਂ ਨੂੰ ਵਰਤਦੇ ਸੀ ਕਿਹੜੇ ਕਿਹੜੇ ਮੈਡਲ ਸੀ ਜਾਂ ਸਵੋਰਡ ਸੀ ਜਾਂ ਸਾਡੀਆਂ ਹਿਸਟੋਰਿਕ ਬੁੱਕਸ ਜਿਨ੍ਹਾਂ ਵਿੱਚ ਬਹੁਤ ਸਾਰਾ ਕੁਛ ਲਿਖਿਆ ਹੋਇਆ ਤੁਹਾਡੇ ਕੋਲ ਬਹੁਤ ਸਾਰੀ ਕੁਲੈਕਸ਼ਨ ਹੈ ਮੈਂ ਪੜ੍ਹ ਰਿਹਾ ਸੀਗਾ ਤੁਹਾਡੀ ਵੈਬਸਾਈਟ ਤੇ ਤੁਹਾਡੇ ਕੋਲ ਬੁੱਕਸ ਬਹੁਤ ਹੈ ਪੁਰਾਣੀਆਂ 1600 1700 1800 ਦੀਆਂ ਸੈਂਚੁਰੀ ਦੀਆਂ ਕੀ ਕੁਛ ਹੈ ਜੀ ਤੁਸੀਂ ਇਹ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਲਿਆ ਜੀ ਜੀ ਪਹਿਲਾਂ ਮੈਂ ਨਾਮ ਦੱਸਣਾ ਚਾਹਾਂਗਾ ਜੀ ਇਹ ਵੈਬਸਾਈਟ ਦਾ ਨਾਮ ਹੈਗਾ ਡਬਲਿਊ ਨਾਲ ਸ਼ੁਰੂ ਹੁੰਦਾ ਵਣਜਾਰਾ ਨੋਮੈਡ ਡੋਟ ਕੋਮ ਸੋ ਡਬਲਿਊ ਏ ਐਨ ਜੇ ਏ ਆਰ ਏ ਐਨ ਓ ਐਮ ਏ ਡੀ ਡੋਟ ਕੋਮ ਸੋ ਇਹਦੇ ਵਿੱਚ ਜੀ ਤੁਸੀਂ ਗੱਲ ਸਹੀ ਕੀਤੀ ਹੈ ਕਿ ਇੱਕ ਦਿਨ ਸੁਪਨਾ ਹੈ ਕਿ ਸਾਡਾ ਆਪਣਾ ਇੱਕ ਮਿਊਜ਼ੀਅਮ ਬਣੇਗਾ ਤੇ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਚੀਜ਼ਾਂ ਰੱਖੀਆਂ ਜਾਣ ਤਾਂ ਕਰਕੇ ਜਿਹੜੇ ਸਾਡੇ ਇੱਥੇ ਖਾਸ ਕਰ ਸਾਰੇ ਹੀ ਕੈਨੇਡੀਅਨ ਨੇ ਉਹ ਆ ਕੇ ਦੇਖਣ ਸਾਡੇ ਬੱਚੇ ਵੀ ਦੇਖਣ ਤੇ ਜਿਹੜੀਆਂ ਦੂਸਰੀਆਂ ਕਮਿਊਨਿਟੀਜ਼ ਉਹ ਵੀ ਦੇਖਣ ਸਾਨੂੰ ਉਹਨਾਂ ਦਾ ਪਤਾ ਲੱਗੇ ਉਹਨਾਂ ਨੂੰ ਸਾਡਾ ਪਤਾ ਲੱਗੇ ਸੋ ਇਹ ਕੋਸ਼ਿਸ਼ ਨਾਲ ਮੇਰਾ ਖਿਆਲ ਇੱਕ ਬੜਾ ਬ੍ਰਿਜ ਬਣੇਗਾ ਆਪਸੀ ਭਾਈਚਾਰੇ ਲਈ ਪਰ ਜਿਹੜੀ ਆਪਾਂ ਕਲੈਕਸ਼ਨ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਆਪਣੇ ਕੋਲ ਕਿਤਾਬਾਂ ਨੇ ਨਕਸ਼ੇ ਨੇ ਮੈਡਲ ਨੇ ਐਲਬਮਸ ਨੇ ਪੁਰਾਣੇ ਲਿਥੋਗ੍ਰਾਫ ਨੇ ਕਾਫੀ ਪੁਰਾਣੇ ਹੱਥ ਲਿਖਤ ਦਸਤਾਵੇਜ਼ ਨੇ ਪਰ ਜਿਹੜੀ ਇਹ ਕਲੈਕਸ਼ਨ ਹੈ ਨਾ ਇਹਨੂੰ ਜੇ ਆਪਾਂ ਸਮਰਾਈਜ਼ ਕਰਨਾ ਹੋਵੇ ਤੁਸੀਂ ਆਪਣੇ ਆਪ ਨੂੰ 1849 ਚ ਲੈ ਜਾਓ ਉਦੋਂ ਮਹਾਰਾਜਾ ਦਲੀਪ ਸਿੰਘ ਤੋਂ ਰਾਜ ਖੁਸਿਆ ਤੇ ਉਹ
ट्रांसफर हो रही है, कोहिनूर हीरा दिता जा रहा ईस्ट इंडिया कंपनी नूं, और उत्थों खड़ के आपां देखदे आ सारा ही आला दुआला कि किस तरह इंग्लैंड तो जदों जिहड़ियां कलोनियल सीगे ब्रिटिश उह किद्दां कैलकटा उतरे ने, कैलकटा उन्हां ने किद्दां प्रिंटिंग प्रैस लाई है, और यूनिवर्सिटी सैट कीतियां, जगीरदारी सिस्टम जो भी उथल पुथल उत्थे हुई आ ਉਹ ਸੇਮ ਹੀ ਮਾਡਲ ਮੁੜ ਕੇ ਆਪਣੇ ਲਾਹੌਰ ਤੇ ਅੰਮ੍ਰਿਤਸਰ ਪ੍ਰਿੰਟਿੰਗ ਪ੍ਰੈਸ ਉੱਥੇ ਲੱਗੀ ਆ। ਔਰ ਜਿਹੜੀਆਂ ਕਿਤਾਬਾਂ ਆਪਣੇ ਕੋਲ ਹੈਗੀਆਂ ਨੇ ਉਹਨਾਂ ਵਿੱਚੋਂ ਕਾਫੀ ਈਵਨ ਕੈਲਕਟਾ ਦਾ ਇਤਿਹਾਸ ਦੱਸਦੀਆਂ ਨੇ, ਮਰਾਠਿਆਂ ਦਾ ਇਤਿਹਾਸ ਦੱਸਦੀਆਂ, ਆਪਣਾ ਤਾਂ ਦੱਸਦੀਆਂ ਹੀ ਨੇ, ਪਰ ਉਹ ਸਾਰੇ ਰੀਜਨ ਦਾ ਅਸੀਂ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ ਕਿਉਂਕਿ ਅਸੀਂ ਬੀਤੇ ਨੂੰ ਸਮਝਣਾ ਚਾਹੁੰਦੇ ਹਾਂ। ਇਸ ਕਰਕੇ ਕਿਉਂਕਿ ਜੇ ਅਸੀਂ ਕੱਲਾ ਆਪਣਾ ਹੀ ਪੜ੍ਹਦੇ ਰਹਾਂਗੇ ਨਾ ਸਾਨੂੰ ਪਤਾ ਨੀ ਲੱਗਣਾ ਵੀ ਜਿਹੜਾ ਗੈਰ ਸੀ ਉਹਨੇ ਸਾਡੇ ਨਾਲ ਕੀ ਕੀਤਾ। ਸੋ ਉਸ ਐਂਗਲ ਤੋਂ ਜਿਹੜੀ ਇਹ ਜਦੋਂ ਤੁਸੀਂ ਇਹ ਕਲੈਕਸ਼ਨ ਦੇਖੋਗੇ ਨਾ ਉਹਦੇ ਵਿੱਚ ਤੁਸੀਂ ਦੇਖੋਗੇ ਵੀ ਜਿਹੜੇ ਆਪਣੇ ਜਿਹੜੇ ਅਕੈਡੈਮਿਕਸ ਉੱਥੇ ਪੰਜਾਬ ਚ ਜਿਹੜੇ PhD ਕੀਤੀਆਂ ਹੋਈਆਂ ਨੇ ਜਿਹੜੀਆਂ ਕਿਤਾਬਾਂ ਨੂੰ ਉਹ ਕੋਟ ਕਰਦੇ ਨੇ, ਚਾਹੇ ਉਹ ਗ੍ਰਿਫਿਨ ਦੀਆਂ ਨੇ, ਚਾਹੇ ਬੈਲ ਦੀਆਂ ਨੇ, ਉਹ ਕਿਤਾਬਾਂ ਦੇ ਕਈਆਂ ਦੇ ਫਸਟ ਐਡੀਸ਼ਨ ਆਪਣੇ ਕੋਲ ਹੈਗੇ ਨੇ। ਔਰ ਜਿਹੜੀ ਸਾਰਿਆਂ ਤੋਂ ਪਹਿਲੀ ਕਿਤਾਬ ਆਪਣੇ ਕੋਲ ਉਹ 1676 ਦੇ ਸਮੇਂ ਦੀ ਆ, ਉਹਦੇ ਤੋਂ ਬਾਅਦ 1716 ਦੀਆਂ ਹੈਗੀਆਂ ਨੇ ਕਿਤਾਬਾਂ, ਉਹਦੇ ਤੋਂ ਬਾਅਦ 1800 ਦੀਆਂ ਨੇ, 1834 ਦੀਆਂ ਕਾਫੀ ਕਿਤਾਬਾਂ ਨੇ ਜਿਹੜੀਆਂ ਇਧਰ ਕੈਲਕਟਾ, ਬੰਬੇ ਜਾਂ ਲੰਡਨ ਚ ਪਬਲਿਸ਼ ਹੋਈਆਂ ਨੇ, ਔਰ ਕਾਫੀ ਦੇ ਉੱਪਰ ਆਟੋਗ੍ਰਾਫ ਕੀਤੇ ਹੋਏ ਨੇ ਆਥਰ ਨੇ ਜਾਂ ਜਿਹਨਾਂ ਨੇ ਉਹਨਾਂ ਨੂੰ ਕਿਸੇ ਨੂੰ ਗਿਫਟ ਕੀਤੀ ਸੀ। ਸੋ ਇਸ ਤਰ੍ਹਾਂ ਆਪਣੇ ਕੋਲ ਉਸ ਖਿੱਤੇ ਨੂੰ ਆਪਣਾ ਜਿਹੜਾ ਬੀਤੇ ਆ ਉਹਨੂੰ ਸਮਝਣ ਲਈ ਇੱਕ ਨਾ ਛੋਟੀ ਜਿਹੀ ਕੋਸ਼ਿਸ਼ ਕੀਤੀ ਹੋਈ ਆ ਕਿ ਉਦੋਂ ਹੁਣ ਆਪਾਂ ਸਮੇਟ ਤਾਂ ਨੀ ਸਕਦੇ ਪਰ ਥੋੜਾ ਥੋੜਾ ਉਹ ਏਦਾਂ ਇੱਕ ਕਹਾਣੀ ਬਣੀ ਹੋਈ ਆ ਕਿਸ ਤਰ੍ਹਾਂ ਹੋਇਆ ਉੱਥੇ, ਕਿਸ ਤਰ੍ਹਾਂ ਰਾਜ ਖੁੱਸਿਆ, ਕਿਸ ਤਰ੍ਹਾਂ ਆਪਣੇ ਬ੍ਰਿਟਿਸ਼ ਜਿਹੜੇ ਸੀਗੇ ਕਲੋਨੀਅਲ ਉਹਨਾਂ ਦੀ ਆਮਦ ਹੋਈ, ਕਿਸ ਤਰ੍ਹਾਂ ਦਲੀਪ ਸਿੰਘ ਨੂੰ ਇੰਗਲੈਂਡ ਲਿਜਾਇਆ ਗਿਆ। ਹੁਣੇ ਆਪਾਂ ਰੀਸੈਂਟਲੀ ਇੱਕ ਸੋਫੀਆ ਦਲੀਪ ਸਿੰਘ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੀਗੀ ਉਹ ਸਫਰਜੈਟ ਸੀਗੀ ਔਰ ਉਹਨੇ ਔਰਤਾਂ ਦੇ ਵੋਟ ਦੇ ਹੱਕ ਲਈ ਬਹੁਤ ਜੱਦੋਜਹਿਦ ਕੀਤੀ ਸੀਗੀ। ਉਹਨਾਂ ਦੀ ਇੱਕ ਸਕ੍ਰੈਪ ਬੁੱਕ ਹੈ ਆਪਣੇ ਕੋਲ, ਉਹਨਾਂ ਤੇ ਹੱਥ ਲਿਖਤ ਉਹਨਾਂ ਨੇ 1919 ਵਿੱਚ ਇੱਕ ਸੈਲੀਬ੍ਰੇਸ਼ਨ ਹੋਈ ਸੀ ਵਰਲਡ ਵਾਰ ਤੋਂ ਬਾਅਦ ਇੰਗਲੈਂਡ ਦੇ ਵਿੱਚ, ਤੇ ਉੱਥੇ ਜਿਹੜੇ ਆਪਣੇ ਸੂਬੇਦਾਰ ਰਸਾਲਦਾਰ ਜਾਂ ਹੋਰ ਆਫਿਸਰ ਆਉਂਦੇ ਸੀ ਉਹਨਾਂ ਨੂੰ ਘਰੇ ਸਾਦੀ ਹੁੰਦੀ ਸੀ ਤੇ ਉਹਨਾਂ ਨੂੰ ਚਾਹ ਪਿਲਾਉਂਦੀ ਹੁੰਦੀ ਸੀ ਤੇ ਫੇਰ ਉਹਨਾਂ ਨਾਲ ਗੱਲਬਾਤ ਕਰਨੀ, ਉਹਨਾਂ ਦੀ ਤਸਵੀਰ ਖਿੱਚਣੀ, ਤੇ ਜਦੋਂ ਪਿੰਡ ਮੁੜ ਕੇ ਜਾਂਦੇ ਹੁੰਦੇ ਸੀ ਤੇ ਉਹਨਾਂ ਨੂੰ ਪਿੰਡੋਂ ਫੋਟੋ ਭੇਜਦੀ ਹੁੰਦੀ ਸੀਗੀ ਤੇ ਫਿਰ ਪਿੰਡੋਂ ਪਹੁੰਚ ਕੇ ਉਹ ਚਿੱਠੀ ਲਿਖਦੇ ਹੁੰਦੇ ਸੀ ਐਜ ਏ ਧੰਨਵਾਦ ਦੇ ਤੌਰ ਤੇ। ਸੋ ਇਹ ਸਾਰਾ ਚੀਜ਼ਾਂ ਉਹਨੇ ਇੱਕ ਆਪਣੀ ਸਕ੍ਰੈਪ ਬੁੱਕ ਚ ਆਪਣੀ ਹੱਥਾਂ ਨਾਲ ਲਿਖ ਕੇ ਰਿਕਾਰਡ ਕੀਤੀਆਂ ਹੋਈਆਂ ਨੇ ਤੇ ਉਹ ਅਸੀਂ ਇਹਦੇ ਉੱਪਰ ਸ਼ੇਅਰ ਕੀਤੀ ਹੋਈ ਆ। ਇਸੇ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਦੀਆਂ ਦੋ ਚਾਂਦੀ ਦੀਆਂ ਜਿਹੜੀਆਂ ਡਿਨਰ ਪਲੇਟਸ ਨੇ ਉਹ ਆਪਣੇ ਕੋਲ ਨੇ, ਤੇ ਵਿਕਟਰ ਦਲੀਪ ਸਿੰਘ ਦੀਆਂ ਉਹਨਾਂ ਦੇ ਇੱਕ ਕੇਸ ਹੈ, ਇੱਕ ਦੂਰਬੀਨ ਆ, ਇੱਕ ਹੋਰ ਛੋਟਾ ਜਿਹਾ ਕੇਸ ਆ, ਉਹ ਤਿੰਨ ਚੀਜ਼ਾਂ ਆਪਣੇ ਕੋਲ ਨੇ। ਔਰ ਇਸ ਤਰ੍ਹਾਂ ਤੁਸੀਂ ਜੇ ਵੈਬਸਾਈਟ ਤੇ ਜਾਓਗੇ ਤੁਸੀਂ ਵੱਖਰੀਆਂ ਵੱਖਰੀਆਂ ਚੀਜ਼ਾਂ ਤੇ ਤੁਸੀਂ ਕਲਿੱਕ ਕਰ ਸਕਦੇ ਹੋ ਕਲੈਕਸ਼ਨ ਦੇ ਅੰਡਰ, ਉਹਦੇ ਵਿੱਚ ਜੇ ਕਿਤਾਬਾਂ ਤੇ ਕਲਿੱਕ ਕਰੋਗੇ ਮੈਪਸ ਮੈਡਲ ਐਫਮੈਰਾ ਐਲਬਮ ਤੇ ਆਰਟਸ ਤੇ, ਹੈ ਨਾ। ਸੋ ਉੱਥੇ ਬੜੀ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਹੋਈ ਆ ਕਾਫੀ ਖੁੱਲ੍ਹ ਕੇ ਲਿਖਣ ਦੀ। ਔਰ ਇੱਕ ਚੀਜ਼ ਤੁਸੀਂ ਹੋਰ ਦੇਖੋਗੇ ਕਿ ਜਦੋਂ ਕਿਤਾਬਾਂ ਜਾਓਗੇ ਨਾ ਉਹਦੇ ਚ ਇੱਕ ਹੈਡਿੰਗ ਆਏਗਾ ਫਿਰੰਗੀ ਰੋਗ। ਸੋ ਹੁੰਦਾ ਕੀ ਸੀਗਾ ਕਿ ਜਦੋਂ ਇੰਗਲੈਂਡ ਤੋਂ ਈਸਟ ਇੰਡੀਆ ਕੰਪਨੀ ਦੇ ਫੌਜੀ ਜਾਂਦੇ ਹੁੰਦੇ ਸੀਗੇ ਇੰਡੀਅਨ ਸਬ ਕੰਟੀਨੈਂਟ ਨੂੰ, ਮੈਂ ਰਿਸਪੈਕਟਫੁਲੀ ਕਹਿਣ ਦੀ ਕੋਸ਼ਿਸ਼ ਕਰਾਂਗਾ ਹੁਣ ਆਪਣੀ ਸਮਰੱਥਾ ਦੇ ਹਿਸਾਬ ਨਾਲ, ਸੋ ਉੱਥੇ ਜਿਹੜੀ ਗਰੀਬ ਗੋਰੀਆਂ ਔਰਤਾਂ ਹੁੰਦੀਆਂ ਸੀ ਉਹਨਾਂ ਨੂੰ ਨਾਲ ਲੈ ਜਾਂਦੇ ਹੁੰਦੇ ਸੀਗੇ, ਤਾਂ ਕਰਕੇ ਹੁਣ ਸਹੀ ਸ਼ਬਦ ਲੱਭਣਾ ਐਂਟਰਟੇਨਮੈਂਟ ਕਹਿ ਲਓ ਚਲੋ, ਤੇ ਉਹ ਕੈਲਕਟਾ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਹੁੰਦੇ ਸੀਗੇ, ਤੇ ਉੱਥੋਂ ਜਿਹੜੀਆਂ ਹੁਣ
ਅੱਛੀਆਂ ਕਹਿ ਲੋ ਚਲੋ ਉਹਨਾਂ ਨੂੰ ਖਰੀਦ ਲੈਂਦੇ ਹੁੰਦੇ ਸੀਗੇ ਸੋ ਇਹ ਜਿਹੜੀ ਇਹ ਪ੍ਰੋਸਟੀਟਿਊਸ਼ਨ ਕਾਫੀ ਚੱਲੀ ਫਿਰ ਸੋ ਉਹਦੇ ਕਰਕੇ 1864 ਚ ਤਕਰੀਬਨ 25% ਜਿਹੜੇ ਗੋਰੇ ਫੌਜੀ ਸੀਗੇ ਤੇ ਉਹ ਮੈਜੋਰਿਟੀ ਬ੍ਰਿਟਿਸ਼ ਸੀਗੇ ਇਸ ਲਈ ਮੈਂ ਗੋਰੇ ਦਾ ਨਾਮ ਲੈ ਰਿਹਾ ਉਹਨਾਂ ਨੂੰ ਸਿਫਲਿਸ ਡਿਜ਼ੀਜ਼ ਹੋ ਚੁੱਕਾ ਸੀਗਾ ਤੇ 1895 ਵਿੱਚ ਜਿਹੜੀ ਗਿਣਤੀ ਸੀ ਨਾ 1000 ਚੋਂ ਜਿਹੜਾ ਤਕਰੀਬਨ 550 ਬੰਦਾ ਸੀਗਾ ਉਹਨੂੰ ਇਹ ਡਿਜ਼ੀਜ਼ ਹੋਇਆ ਹੋਇਆ ਸੀਗਾ ਸੋ ਉਹਦੇ ਤੋਂ ਬਾਅਦ ਚੋਂ ਮੇਰੇ ਖਿਆਲ 1912 ਦੇ ਵਿੱਚ ਜਾ ਕੇ ਨਾ ਇਹਨਾਂ ਨੂੰ ਇੱਕ ਐਕਟ ਬਣਾਉਣਾ ਪਿਆ ਇੰਗਲੈਂਡ ਨੂੰ ਜਿਹੜਾ ਕ੍ਰਿਮੀਨਲ ਮੇਰੇ ਖਿਆਲ ਲਾਅ ਅਮੈਂਡਮੈਂਟ ਐਕਟ ਸੀਗਾ ਪਰ ਇਹਦੇ ਦੌਰਾਨ ਕੀ ਹੋਇਆ ਕਿ ਚਰਚ ਨੇ ਬਹੁਤ ਰੌਲਾ ਪਾਇਆ ਕਿਉਂਕਿ ਜਿਹੜੀਆਂ ਆਪਣੇ ਗੋਰੀਆਂ ਔਰਤਾਂ ਇਹ ਉੱਥੇ ਛੱਡੇ ਆਉਂਦੇ ਹੁੰਦੇ ਸੀਗੇ ਉਹ ਇੱਕ ਕਿਸਮ ਦੀ ਫਿਰ ਸਲੇਵਰੀ ਹੋ ਜਾਂਦੀ ਸੀ ਸ਼ੁਰੂ ਉਹਨਾਂ ਦੀ ਬਿਲਕੁਲ ਔਰ ਇਹਦਾ ਕਿਤੇ ਜ਼ਿਕਰ ਨੀ ਹੈਗਾ ਇਹਦੀ ਕੋਈ ਉਹਨਾਂ ਨੇ ਤਾਂ ਗੱਲ ਕਰਨੀ ਨੀ ਨਾ ਪਰ ਆਪਣੇ ਕਿਤੇ ਜ਼ਿਕਰ ਨੀ ਹੈਗਾ ਸੋ ਆਪਣੇ ਕੋਲ ਕਾਫੀ ਜਿਹੜੇ ਉਸ ਟਾਈਮ ਦੇ ਕਾਨੂੰਨ ਬਣੇ ਉਹਨਾਂ ਦੀਆਂ ਕਾਪੀਜ਼ ਹੈਗੀਆਂ ਉਸ ਟਾਈਮ ਦੀਆਂ ਉਹ ਆਪਾਂ ਉੱਥੇ ਪਾਈਆਂ ਹੋਈਆਂ ਨੇ ਸੋ ਸੋ ਇਸ ਤਰ੍ਹਾਂ ਦੀਆਂ ਉਸ ਖਿੱਤੇ ਨੂੰ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਈਵਨ ਜੋ ਸਾਡੇ ਨਾਲ ਹੋਇਆ ਉਹ ਹੋਇਆ ਸਾਡੇ ਉਹ ਕਿਉਂਕਿ ਜਿਹੜੇ ਰਾਜ ਚ ਕਿਸੇ ਨੂੰ ਫਾਂਸੀ ਨੀ ਦਿੱਤੀ ਜਾ ਰਹੀ ਕਦੀ ਵੀ ਔਰ ਸਾਰੇ ਸੁਖੀ ਨੇ ਔਰ ਹਰ ਤਰ੍ਹਾਂ ਦਾ ਬੰਦਾ ਉੱਥੇ ਰਹਿ ਰਿਹਾ ਫਿਰ ਹੋਇਆ ਕੀ ਆਪਣੇ ਨਾਲ ਜੀ ਬਿਲਕੁਲ ਜੀ ਬਿਲਕੁਲ ਖਾਲਸਾ ਰਾਜ ਬਾਰੇ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਨੂੰ ਹੀ ਬਹੁਤ ਕੁਛ ਸਮਝਣ ਜਾਣਨ ਦੀ ਲੋੜ ਹੈ ਤੁਸੀਂ ਇਹ ਐਫਰਟਸ ਕਰ ਰਹੇ ਹੋ ਉਹਦੇ ਤੋਂ ਸਾਡੇ ਵਰਗੇ ਹੋਰ ਬਹੁਤ ਕੁਛ ਸਿੱਖਣਗੇ ਕਿਉਂਕਿ ਨਹੀਂ ਤਾਂ ਸਾਨੂੰ ਬਸ ਇੰਨਾ ਹੀ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਜੇ ਹੁੰਦੇ ਸੀਗੇ ਤੇ ਕਈ ਵਾਰੀ ਮੈਪ ਦੇਖ ਲੈਂਦੇ ਹਾਂ ਵੀ ਖਾਲਸਾ ਰਾਜ ਦਾ ਮੈਪ ਸੀਗਾ ਇਦੋਂ ਬਾਅਦ ਬਹੁਤ ਹੀ ਜਾਣਕਾਰੀ ਸਾਡੇ ਕੋਲੇ ਸਾਡੇ ਲੋਕਾਂ ਕੋਲੇ ਜਾਣਨ ਵਾਲਿਆਂ ਕੋਲੇ ਹੈ ਨੀ ਗੀ ਜਿਹੜੀ ਕਿ ਬਹੁਤ ਜਾਣਨਾ ਜ਼ਰੂਰੀ ਹੈ ਕਿਉਂਕਿ ਉਸ ਵਕਤ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਆਪਾਂ ਗੱਲਾਂ ਸੁਣਦੇ ਹਾਂ ਕਿ ਈਵਨ ਕਿਵੇਂ ਕੈਬਨਿਟ ਦੇ ਵਿੱਚ ਹਰ ਵਰਗ ਚਾਹੇ ਕੋਈ ਮੁਸਲਿਮ ਸੀ ਚਾਹੇ ਸਿੱਖ ਸੀ ਚਾਹੇ ਕੋਈ ਵੀ ਕਿਸੇ ਵੀ ਧਰਮ ਜਾਤ ਨਾਲ ਸੰਬੰਧਿਤ ਸੀਗੇ ਸਾਰੇ ਬੜੀਆਂ ਅੱਛੀਆਂ ਅੱਛੀਆਂ ਪੋਸਟਾਂ ਤੇ ਕੈਬਨਿਟ ਮਿਨਿਸਟਰੀ ਵਿੱਚ ਰੱਖਿਆ ਹੋਇਆ ਸੀ ਔਰ ਸਾਰੇ ਖੁਸ਼ ਸੀਗੇ ਬਿਲਕੁਲ ਜੀ ਜਿਹੜੀ ਆਪਣੀ ਕਲੈਕਸ਼ਨ ਦਾ ਨਾ ਜਿਹੜਾ ਇੱਕ ਸੁਨੇਹਾ ਆ ਸਾਰੇ ਪੰਜਾਬੀ ਭਰਾਵਾਂ ਭੈਣਾਂ ਨੂੰ ਬਜ਼ੁਰਗਾਂ ਨੂੰ ਨੀ ਹੈਗਾ ਵਾਹਿਗੁਰੂ ਗਲਤੀ ਹੋ ਗਈ ਮੇਰੇ ਤੋਂ ਸਾਰੇ ਭੈਣਾਂ ਭਰਾਵਾਂ ਕਿ ਤੁਹਾਡੇ ਕੋਲ ਜੋ ਵੀ ਹੈਗਾ ਉਹ ਬੇਨਤੀ ਆ ਉਹ ਸਾਂਭ ਲਵੋ ਜੇ ਤੁਸੀਂ ਆਪਾਂ ਇੱਥੇ ਰਹਿ ਰਹੇ ਹਾਂ ਤੁਸੀਂ ਪਿੰਡ ਤੁਹਾਡੇ ਕੋਲ ਨਾ ਸੰਦੂਕ ਚ ਕੁਛ ਨਾ ਕੁਛ ਜ਼ਰੂਰ ਪਿਆ ਹੋਣਾ ਜੀ ਉਹਨੂੰ ਬੇਨਤੀ ਆ ਜਾਂ ਉੱਥੇ ਸਾਂਭ ਲਓ ਜਾਂ ਇੱਥੇ ਲਿਆਓ ਅਸੀਂ ਇਹ ਨੀ ਕਹਿੰਦੇ ਕਿ ਲਿਆ ਕੇ ਸਾਨੂੰ ਦੇ ਦਿਓ ਜਿੱਦਾਂ ਅਸੀਂ ਛੋਟੀ ਜਿਹੀ ਕੋਸ਼ਿਸ਼ ਕੀਤੀ ਹੋਈ ਆ ਏਦਾਂ ਹੀ ਸਾਡੀ ਬੇਨਤੀ ਆ ਵੀ ਤੁਸੀਂ ਵੀ ਕੋਸ਼ਿਸ਼ ਕਰੋ ਬੀਤੇ ਨੂੰ ਸਾਂਭਣ ਦੀ ਤਾਂ ਕਰਕੇ ਜਿਹੜੇ ਆਪਣੇ ਬੱਚੇ ਆ ਉਹ ਇਕੱਲੇ ਆਪਣੀਆਂ ਪੱਖੀਆਂ ਤੇ ਚਰਖੇ ਨਾ ਦੇਖਦੇ ਰਹਿਣ ਜਿਹੜੀਆਂ ਤੁਹਾਡੇ ਬਜ਼ੁਰਗਾਂ ਦੀਆਂ ਹੋਰ ਚੀਜ਼ਾਂ ਨੇ ਨਾ ਪੜ੍ਹਦੇ ਹੋਣੇ ਲਿਖਦੇ ਹੋਣੇ ਆ ਜਾਂ ਕੁਛ ਕਢਾਈ ਕਰਦੇ ਹੋਣੇ ਜਿਹੜੀਆਂ ਕੰਪਲੈਕਸ ਚੀਜ਼ਾਂ ਨੇ ਨਾ ਜਾਂ ਸਿੰਪਲ ਵੀ ਨੇ ਉਹ ਜ਼ਰੂਰ ਉਹਨਾਂ ਨੂੰ ਸਾਂਭੋ ਕਿਉਂਕਿ ਇੱਕ ਜਿਹੜੀ ਲਾਇਬ੍ਰੇਰੀ ਆਪਾਂ ਗਵਾ ਚੁੱਕੇ ਹਾਂ ਰੈਫਰੈਂਸ ਲਾਇਬ੍ਰੇਰੀ ਜੇ ਆਪਾਂ ਨੂੰ ਇਹ ਆਦਤ ਹੋਵੇ ਮੈਂ ਇਹ ਨੀ ਕਹਿੰਦਾ ਕਿ ਕਿਸੇ ਨੂੰ ਨੀ ਹੈਗੀ ਪਰ ਆਪਾਂ ਨੂੰ ਮੈਜੋਰਿਟੀ ਹੈ ਨਹੀਂ ਸੋ ਜੇ ਆਪਾਂ ਦੀ ਉਹ ਆਦਤ ਹੁੰਦੀ ਫਿਰ ਆਪਾਂ ਇੰਨਾ ਕੁਛ ਗਵਾਉਣਾ ਨੀ ਸੀਗਾ ਆਪਾਂ ਮੈਜੋਰਿਟੀ ਨੂੰ ਤਾਂ ਆਦਤ ਸੱਚੀ ਗੱਲ ਇਹ ਮੰਨਣਾ ਪਊਗਾ ਜੀ ਮੈਂ ਤਾਂ ਇਹ ਮੰਨਦਾ ਕਿਉਂਕਿ ਹੁਣ 28 ਸਾਲ ਹੋ ਗਏ 30 ਸਾਲ ਰੀਅਲ ਸਟੇਟ ਦੇ ਵਿੱਚ ਜਦੋਂ ਕਈ ਵਾਰੀ ਘਰ ਦਿਖਾਉਂਦੇ ਆ ਕਈ ਵਾਰੀ ਕੁਛ ਘਰਾਂ ਦੇ ਵਿੱਚ ਨਾ ਖਾਸ ਕਰਕੇ ਗੋਰਿਆਂ ਦੇ ਘਰਾਂ ਦੇ ਵਿੱਚ ਇੰਨੀਆਂ ਕੁ ਐਂਟੀਕ ਚੀਜ਼ਾਂ ਪਈਆਂ ਹੁੰਦੀਆਂ ਉਹ ਦੇਖ ਕੇ ਆਖੀਦਾ ਯਾਰ ਵੀ ਇਹ ਇੰਨੀਆਂ ਪੁਰਾਣੀਆਂ ਚੀਜ਼ਾਂ ਰੱਖੀ ਬੈਠੇ ਕਈ ਵਾਰੀ ਸਵਾਲ ਆਉਂਦੇ ਆ ਤੇ ਪਰ ਉਹ ਇਸੇ ਕਰਕੇ ਰੱਖੀ ਬੈਠੇ ਕਿ ਉਹ ਉਹਨਾਂ ਨੇ ਕੁਛ ਨਾ ਕੁਛ ਖਜ਼ਾਨਾ ਸਾਂਭਿਆ ਹੋਇਆ ਆਪਣੇ ਦਾਦਿਆਂ ਪੜਦਾਦਿਆਂ ਬਜ਼ੁਰਗਾਂ ਦਾ ਪਰ ਸਾਡੇ ਕੋਲੇ ਵੀ ਸੀਗਾ ਸਾਨੂੰ ਕਾਹਲ ਹੁੰਦੀ ਆ ਵੀ ਇਹ ਤਾਂ ਹੁਣ ਪੁਰਾਣੀ ਹੋ ਗਈ ਛੱਡ ਦਿਓ ਹਾਂਜੀ ਇਹਦੇ ਚ ਇੱਕ ਮੈਂ ਹੋਰ ਰੀਜ਼ਨ ਵੀ ਦੇਖਦਾ ਕਿਉਂਕਿ ਜਦੋਂ ਆਪਾਂ ਨਾ ਇਹਨਾਂ ਮੁਲਕਾਂ ਚ ਨਵੇਂ ਨਵੇਂ ਆਏ ਹੁੰਦੇ ਜਦੋਂ ਆਪਣੇ ਕੋਲ ਘਰ ਨੀ ਹੁੰਦੇ ਫਿਰ ਆਪਣਾ ਬੜਾ ਧਿਆਨ ਚੀਜ਼ਾਂ ਸਾਂਭਣ ਵੱਲ ਨੀ ਹੁੰਦਾ ਜੀ ਆਪਾਂ ਨੂੰ ਇਹ ਹੁੰਦਾ ਵੀ ਕਿਸੇ ਤਰ੍ਹਾਂ ਘਰ ਬਣ ਜਾਵੇ ਬਿਲਕੁਲ ਸੋ ਮੈਂ ਸਿੱਖਿਆ ਸੋ ਮੈਂ ਸਿੱਖ ਕੰਟੈਕਸਟ ਚੋਂ ਗੱਲ ਕਰਾਂਗਾ ਇਸ ਟਾਈਮ ਕਿ ਜਦੋਂ ਘਰ ਨੀ ਹੈਗਾ ਫਿਰ ਮੇਰਾ ਖਿਆਲ ਉਧਰ ਧਿਆਨ ਹੈ ਨੀ ਆਪਣਾ ਚੀਜ਼ਾਂ ਸਾਂਭਣ ਦਾ ਨਾ ਸੋ ਜਿੱਦਣ ਵਾਹਿਗੁਰੂ ਜੀ ਮੇਰੇ ਨਾਲ ਘਰ ਹੋਇਆ ਮੇਰਾ ਖਿਆਲ ਉਦੋਂ ਆਪ ਮੁਹਾਰੇ ਆਦਤ ਪੈ ਜਾਣੀ ਆ ਪਰ ਜਦ ਤੱਕ ਉਹ ਨਹੀਂ ਹੁੰਦਾ ਉਦੋਂ ਤੱਕ ਮੇਰਾ ਖਿਆਲ ਇਹ ਆਪਣਾ ਫਰਜ਼ ਬਣਦਾ ਵੀ ਆਪਾਂ ਜਿੰਨੀ ਵੀ ਚੀਜ਼ਾਂ ਬੀਤੇ ਨੂੰ ਸਾਂਭ ਸਕਦੇ ਆ ਉਹ ਜ਼ਰੂਰ ਸਾਂਭਿਆ ਜਾਵੇ ਉਹਨੂੰ
ਅੱਛਾ ਭਾਈ ਜੀ, ਤੁਸੀਂ ਜਿਹੜਾ ਤੁਹਾਡੇ ਕੋਲ ਸਮਾਨ ਇਹ ਐਡਾ ਹੈ ਕੀਮਤੀ, ਇਹਦਾ ਕਦੇ ਕੋਈ ਪ੍ਰਦਰਸ਼ਨੀ ਵੀ ਕਰਦੇ ਹੋ ਵੈਨਕੂਵਰ ਦੇ ਵਿੱਚ ਲੋਕਾਂ ਨੂੰ ਦਿਖਾਉਣ ਲਈ? ਸਾਡਾ ਜੀ ਪਹਿਲਾਂ ਵਿਚਾਰ ਸੀਗਾ ਵੀ ਐਗਜੀਬਿਸ਼ਨ ਕਰੀਏ, ਫਿਰ ਉਹ ਕੁਛ ਹੋਰ ਰੁਝੇਵੇਂ ਸਾਊਥ ਏਸ਼ੀਅਨ ਨਾਲ ਸ਼ੁਰੂ ਹੋ ਗਿਆ ਵਿਚਾਰ ਨਾਲ ਸਾਊਥ ਏਸ਼ੀਅਨ, ਹੁਣ ਫਿਰ ਦੁਬਾਰਾ ਉਹਦੇ ਵੱਲੋਂ ਅਸੀਂ ਕਰ ਰਹੇ ਹਾਂ ਕੋਸ਼ਿਸ਼, ਪਰ ਉਹਦੇ ਵਿੱਚ ਸਾਡੀ ਕੋਸ਼ਿਸ਼ ਇਹ ਆ ਕਿ ਜਿੱਥੇ ਇਹ ਐਗਜੀਬਿਸ਼ਨ ਹੋਵੇ ਉਹ ਬੜੀ ਪ੍ਰੈਜੈਂਟੇਬਲ ਜੀ ਪਲੇਸ ਹੋਵੇ, ਜਿੱਦਾਂ ਆਪਾਂ ਜਦੋਂ ਬੱਚਿਆਂ ਦੇ ਵਿਆਹ ਕਰਦੇ ਆ ਨਾ ਜਾਂ ਪਾਰਟੀਆਂ ਕਰਦੇ ਆ ਉਦੋਂ ਬਹੁਤ ਸ਼ਾਨੋ ਸ਼ੌਕਤ ਬਹੁਤ ਹੁੰਦੀ ਆ ਉੱਥੇ, ਜਿੱਥੇ ਵੀ ਆਪਾਂ ਕਰਨੀ ਆ ਉਹ ਏਦਾਂ ਨਾ ਹੋਵੇ ਕੋਈ ਪੁਰਾਣਾ ਜਿਹਾ ਵੇਅਰ ਹਾਊਸ ਆ ਤੇ ਉੱਥੇ ਚੀਜ਼ਾਂ ਰੱਖ ਦਈਏ, ਫਿਰ ਉਹ ਚੀਜ਼ਾਂ ਨੂੰ ਆਪਾਂ ਜਸਟਿਸ ਨਹੀਂ ਕਰਾਂਗੇ। ਔਰ ਜਦੋਂ ਦੂਸਰੀਆਂ ਕਮਿਊਨਿਟੀਆਂ ਆ ਕੇ ਦੇਖਣਗੀਆਂ, ਮੈਂ ਨੀ ਚਾਹੁੰਦਾ ਵੀ ਅਸੀਂ ਏਦਾਂ ਲੱਗੀਏ ਵੀ ਯਾਰ ਵੀ ਪਹਿਲਾਂ ਸਾਨੂੰ ਰੱਖ ਰਖਾਓ ਨੀ ਆਉਂਦਾ ਤੇ ਦੂਜੇ ਫਿਰ ਅਸੀਂ ਗਰੀਬੜੇ ਜੇ ਲੱਗੀਏ। ਸੋ ਸਪੇਸ ਜਿੱਦਾਂ ਹੁਣ ਤੁਸੀਂ ਰੀਅਲ ਅਸਟੇਟ ਚ ਤੁਹਾਨੂੰ ਪਤਾ ਨਾ ਵੀ ਲੋਕੇਸ਼ਨ ਲੋਕੇਸ਼ਨ ਹੈ ਲੋਕੇਸ਼ਨ, ਸੋ ਉਹ ਉਹ ਬਹੁਤ ਖਿਆਲ ਹੈ ਜੀ ਵੀ ਇਹ ਵਸਤਾਂ ਦੇ ਸਨਮਾਨ ਲਈ ਉਹ ਜਗ੍ਹਾ ਵੀ ਉਦਾਂ ਦੀ ਹੋਣੀ ਚਾਹੀਦੀ ਆ। ਸੋ ਸਾਡੀ ਤਿੰਨ ਜਗ੍ਹਾ ਗੱਲ ਚੱਲ ਰਹੀ ਹੈ, ਇੱਕ ਵਿਕਟੋਰੀਆ, ਇੱਕ ਇੱਥੇ ਤੁਹਾਡੇ ਅਲਬਰਟਾ ਤੇ ਇੱਕ ਸਾਡੇ ਇੱਥੇ ਡੀਸੀ ਵਿੱਚ। ਸੋ ਕਿਉਂਕਿ ਪ੍ਰੋਸੈਸ ਉਹਨਾਂ ਦੇ ਕਾਫੀ ਲੰਬੇ ਨੇ, ਸੋ ਇੱਕ ਜਿਹੜੀ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਸਾਡੀ ਵੈਬਸਾਈਟ ਦੇ ਉੱਪਰ ਡੋਨੇਟ ਬਟਨ ਹੈ ਨੀ ਆ, ਕਿਉਂਕਿ ਸਾਨੂੰ ਕਾਫੀ ਕਾਲਾਂ ਆਉਂਦੀਆਂ ਨੇ ਜਿਹਦੇ ਵਿੱਚ ਉਹ ਪੁੱਛਦੇ ਆ ਵੀ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ, ਸੋ ਅਸੀਂ ਇਹੀ ਕਹਿੰਦੇ ਹੁੰਦੇ ਆ ਵੀ ਤੁਸੀਂ ਆਪਣੇ ਆਲੇ ਦੁਆਲੇ ਦੇਖੋ ਜਿਹੜਾ ਲੋੜਵੰਦ ਹੈਗਾ ਉਹਨੂੰ ਡੋਨੇਟ ਕਰ ਦਿਓ। ਸੋ ਇਹ ਮੈਂ ਬਸ ਸਿਰਫ ਕਲੀਅਰ ਕਰਨਾ ਸੀਗਾ, ਔਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਸਾਡੇ ਕੋਲ ਇਕੱਠਾ ਹੁੰਦਾ ਉਹ ਅਸੀਂ ਘੱਟੋ ਘੱਟ ਆਨਲਾਈਨ ਹੱਲੇ ਹਾਲ ਦੀ ਘੜੀ ਸ਼ੇਅਰ ਕਰ ਲਈਏ। ਸੋ ਸਾਡੀ ਵੈਬਸਾਈਟ ਦੇ ਉੱਪਰ ਇੱਕ ਜੇ ਤੁਸੀਂ ਦੇਖੋਗੇ ਨਾ ਅਸੀਂ ਇੱਕ ਸਕਾਲਰਸ਼ਿਪ ਦਿੰਦੇ ਹਾਂ, ਤੇ ਉਹ ਸਕਾਲਰਸ਼ਿਪ ਹੈਗੀ ਤਾਂ ਹਾਈ ਸਕੂਲ ਨੂੰ ਜਿਹੜੇ ਬੀਸੀ ਦੇ ਨੇ, ਉਹਦੇ ਉੱਪਰ ਅਸੀਂ $1,300 ਦਾ ਰੱਖਿਆ ਹੋਇਆ, ਤੇ ਉਹਦੇ ਵਿੱਚ ਭਾਈ ਮੇਵਾ ਸਿੰਘ ਹੁਣਾਂ ਦੇ ਨਾਮ ਤੇ ਹੁੰਦੀ ਆ, ਬੀਬੀ ਸ਼ਰਨ ਕੌਰ ਦੇ ਨਾਮ ਤੇ ਹੁੰਦੀ, ਜਨਰਲ ਸੁਭੇਗ ਸਿੰਘ ਦੇ ਨਾਮ ਤੇ ਹੁੰਦੀ ਆ ਜੀ, ਪ੍ਰਾਈਵੇਟ ਲਕਸ਼ਮਣ ਸਿੰਘ ਉਹਨਾਂ ਦੇ ਨਾਮ ਤੇ ਹੁੰਦੀ ਤੇ ਹਰਿੰਦਰ ਸਿੰਘ ਮਹਿਬੂਬ ਉਹਨਾਂ ਦੇ ਨਾਮ ਤੇ ਹੁੰਦੀ ਆ। ਸੋ ਇਹ ਅਸੀਂ ਕੋਸ਼ਿਸ਼ ਕਰਾਂਗੇ ਵੀ ਸ਼ਾਇਦ ਆਉਂਦੇ ਸਾਲ ਚ ਅਸੀਂ ਅਲਬਰਟਾ ਜੀ ਸ਼ੁਰੂ ਕਰੀਏ। ਜੀ 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 ਬਹੁਤ ਵਧੀਆ ਜੀ, ਤੁਸੀਂ ਇਹ ਕਲੀਅਰ ਕਰਤਾ, ਕਿਉਂਕਿ ਅਕਸਰ ਅੱਜ ਕੱਲ ਇੱਕ ਟ੍ਰੈਂਡ ਜਿਹਾ ਬਣਿਆ ਹੋਇਆ ਕਿ ਗੁਰੂ ਸਾਹਿਬ ਦੇ ਵਸਤਰ ਜਾਂ ਗੁਰੂ ਸਾਹਿਬ ਦੀਆਂ ਹੋਰ ਚੀਜ਼ਾਂ ਜਾਂ ਸਿੱਖ ਧਰਮ ਨਾਲ ਹੋਰ ਰਿਲੇਟਡ ਚੀਜ਼ਾਂ ਲੈ ਕੇ ਲੋਕੀ ਕਈ ਵਾਰੀ ਇਹ ਵੀ ਹੁੰਦਾ ਕਿ ਉਹ ਅਸਲੀ ਇੱਕ ਨਕਲੀ ਲੈ ਕੇ ਸ਼ਹਿਰਾਂ ਚ ਪਿੰਡਾਂ ਚ ਸੂਬਿਆਂ ਚ ਜਾਇਆ ਜਾਂਦਾ ਤੇ ਪੈਸੇ ਇਕੱਠੇ ਕੀਤੇ ਜਾਂਦੇ ਆ। ਬਹੁਤ ਵਧੀਆ ਧੰਨਵਾਦ ਹੈ, ਤੁਸੀਂ ਇਹ ਕਹਿ ਤਾ ਕਿ ਤੁਸੀਂ ਕੋਈ ਏਦਾਂ ਦਾ ਤੁਹਾਡੇ ਵੈਬਸਾਈਟ ਤੇ ਏਦਾਂ ਦਾ ਬਟਨ ਨਹੀਂ ਜਿੱਥੇ ਤੁਸੀਂ ਪੈਸੇ ਮੰਗ ਰਹੇ ਹੋ ਜਾਂ ਇਕੱਠੇ ਕਰ ਰਹੇ ਹੋ ਜਾਂ ਬਟਨ ਹੀ ਨਹੀਂ ਹੈਗਾ, ਬਿਲਕੁਲ ਖਤਮ ਹੈ। ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਕਲੀਅਰ ਕੀਤਾ ਜੀ, ਇਹਦੇ ਤੇ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਅਸੀਂ ਇਮੋਸ਼ਨਲ ਕੌਮਾਂ ਹੈ ਤੇ ਅਸੀਂ ਜਦੋਂ ਵੀ ਕੋਈ ਗੁਰੂ ਸਾਹਿਬ ਨਾਲ ਸੰਬੰਧਿਤ ਚੀਜ਼ ਦੇਖ ਰਹੇ ਹਾਂ ਇਹ ਕੋਸ਼ਿਸ਼ ਹੀ ਨਹੀਂ ਕਰਦੇ ਜਾਣਨ ਦੀ ਵੀ ਇਹ ਬੰਦਾ ਦੀ ਕ੍ਰੈਡੀਬਿਲਿਟੀ ਕੀ ਹੈ ਜਾਂ ਕੀ ਸੱਚੀ ਇਹ ਅਸਲੀ ਵੀ ਹੋ ਸਕਦੀ ਹੈ ਕਿ ਜਾਂ ਵੈਸੇ ਹੀ ਕੋਈ ਇਹ ਆਪਣਾ ਢੰਗ ਬਣਾਈ ਬੈਠੇ ਆ। ਜੀ 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 ਪਰ ਇਹਦੇ ਵਿੱਚ ਮੈਂ ਇੱਦਾਂ ਵੀ ਸੋਚਦਾ ਹੁੰਦਾ ਵੀ ਜਿਹੜੇ ਵੀ ਇਹ ਕਰ ਰਹੇ ਆ ਉਹਨਾਂ ਦੀ ਜ਼ਰੂਰ ਕੋਈ ਮਜਬੂਰੀ ਹੋਏਗੀ, ਸੋ ਮੈਂ ਇੱਦਾਂ ਕਹਿ ਕੇ ਆਪਣੇ ਆਪ ਨੂੰ ਮਾਫ਼ ਕਰ ਲੈਂਦਾ ਉਹਨਾਂ ਤੋਂ। ਜੀ ਬਹੁਤ ਬਹੁਤ ਧੰਨਵਾਦ, ਤੇ ਕਦੇ ਵੀ ਅਲਬਰਟਾ ਚ ਆਵੋ, ਕੈਲਗਰੀ ਆਵੋ ਤਾਂ ਹੁਕਮ ਕਰਿਓ, ਜਿੰਨੇ ਜੋਗੇ ਹੋਵਾਂਗੇ ਅਸੀਂ ਤੁਹਾਡੇ ਨਾਲ। ਹਾਂਜੀ ਹਾਂਜੀ, ਪਰ ਮੈਂ ਬੇਨਤੀ ਕਰਾਂਗਾ ਜੀ ਤੁਹਾਨੂੰ, ਜਿੱਥੇ ਵੀ ਲੋੜ ਹੋਈ ਤਾਂ ਖੜਨ ਦੀ ਜਰੂਰ ਬੁਲਾਵਾ ਦਿਓ ਜੀ। ਜੀ ਜੀ ਬਸ ਸੁਨੇਹਾ ਜੀ ਇਹੀ ਆ ਕਿ ਖਾਸ ਕਰ ਹੁਣ ਮੈਂ ਜਿਹੜੇ ਪੰਜਾਬ ਚ ਆਪਣੇ ਪੰਜਾਬੀ ਰਹਿੰਦੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਜੀ ਵੀ ਜੇ ਅਸੀਂ ਇੰਨੇ ਦੂਰ ਆ ਕੇ ਚਾਰ ਚੀਜ਼ਾਂ ਇਕੱਠੀਆਂ ਕਰ ਸਕਦੇ ਹਾਂ, ਇਹਨੂੰ ਚਾਹੇ ਬੇਨਤੀ ਸਮਝ ਲਓ ਚਾਹੇ ਸਾਡੇ ਵੱਲੋਂ ਮਿਹਣਾ ਸਮਝ ਲਓ,
ਤੁਸੀਂ ਜਰੂਰ ਚਾਰ ਚੀਜ਼ਾਂ ਉੱਥੇ ਬੈਠੇ ਇਕੱਠੀਆਂ ਕਰੋ ਕਿਉਂਕਿ ਤੁਹਾਡੇ ਤਾਂ ਕੋਲ ਪਈਆਂ ਨੇ। ਮੈਂ ਆਪਣੇ ਇੱਕ ਮਿੱਤਰ ਨੇ ਉਹਨਾਂ ਨੂੰ ਜਲੰਧਰ ਜਦੋਂ ਗਏ ਹੋ ਤੇ ਮੈਂ ਉਹਨੂੰ ਕਿਹਾ ਵੀ ਮੇਰੇ ਲਈ ਕਿਤਾਬਾਂ ਲੈ ਕੇ ਆਇਓ। ਸੋ ਇੱਕ ਪਬਲੀਕੇਸ਼ਨ ਹਾਊਸ ਗਏ, ਉੱਥੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਪੁਰਾਣੀਆਂ ਕਿਤਾਬਾਂ ਚਾਹੀਦੀਆਂ। ਉਹ ਕਹਿੰਦੇ ਜੀ ਸਾਡੇ ਕੋਲ ਹੈ ਨੀ ਗਿਆ। ਉਹ ਕਹਿੰਦੇ ਵੀ ਕੀ ਹੋਇਆ, ਉਹ ਕਹਿੰਦੇ ਜੀ ਅਸੀਂ ਗੱਠਾਂ ਬੰਨੀਆਂ ਹੋਈਆਂ ਰੱਖਦੇ ਸੀਗੇ ਤੇ ਜਿਹੜੇ ਪਕੌੜਿਆਂ ਤੇ ਗੋਲ ਗੱਪੇ ਵਾਲੇ ਸੀਗੇ ਉਹ ਆ ਕੇ ਲੈ ਜਾਂਦੇ ਸੀਗੇ ਤੇ ਉਹਨਾਂ ਨੇ ਉਹਦਾ ਵਰਕਾ ਵਰਕਾ ਕੱਢ ਕੇ ਉਹਦੇ ਵਿੱਚ ਚਾਟ ਪਾਪੜੀ ਤੇ ਪਕੌੜੇ ਪਾ ਪਾ ਕੇ ਵੇਚ ਦਿੱਤੇ ਨੇ। ਸੋ ਜਦੋਂ ਤੁਸੀਂ ਪਕੌੜੇ ਖਾਓ, ਬੇਨਤੀ ਇਹ ਹੈ ਉਹ ਕਾਗਜ਼ ਜ਼ਰੂਰ ਦੇਖਿਓ, ਜੇ ਤੁਹਾਨੂੰ ਲੱਗਾ ਵੀ ਉਹਦੇ ਵਿੱਚ ਕੋਈ ਜ਼ਰੂਰੀ ਚੀਜ਼ ਲਿਖੀ ਹੋਈ ਆ, ਬੇਨਤੀ ਹੈ ਉਹ ਸਾਮ ਲਿਓ। ਜੀ ਬਿਲਕੁਲ ਬਿਲਕੁਲ ਜੀ 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 ਬਹੁਤ ਬਹੁਤ ਧੰਨਵਾਦ, ਤੁਸੀਂ ਵਕਤ ਕੱਢਿਆ ਜੀ ਤੇ ਆਉਣ ਵਾਲੇ ਵਕਤ ਫਿਰ ਗੱਲਬਾਤ ਕਰਦੇ ਰਵਾਂਗੇ ਜੀ। ਜੀ ਜੀ ਸ਼ੁਕਰੀਆ ਜੀ ਸਮਾਂ ਦੇਣ ਲਈ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਓਕੇ ਜੀ।